ਤੁਹਾਡੀ ਟੀਮ ਨੇ ਅੱਜ ਉਸ ਘਰ ਦਾ ਦਰਵਾਜ਼ਾ ਖੋਲ੍ਹਿਆ ਜੋ ਗੁਰੂ ਅਰਜਨ ਦੇਵ ਜੀ ਦਾ ਘਰ ਹੈ। ਉਹੀ ਖੂਹ ਦਿਖਾਉਣੀ ਆ ਤੁਹਾਨੂੰ ਜਿਸ ਖੂਹ ਤੋਂ ਗੁਰੂ ਸਾਹਿਬ ਨੇ ਪਾਣੀ ਪੀਤਾ। ਉਹੀ ਕਮਰੇ ਦਿਖਾਉਣੇ ਆ ਤੁਹਾਨੂੰ, ਉਹੀ 베ੜਾ ਦਿਖਾਉਣਾ ਤੁਹਾਨੂੰ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਖੇਡੇ। ਇਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਜੀ ਵੀ ਆਏ। ਸਾਡੀ ਨਿਗਾ ਚ ਇਹ ਪਹਿਲੀ ਨਿਸ਼ਾਨੀ ਆ ਜੋ ਹੂਬ ਹੂ ਉਸੇ ਤਰ੍ਹਾਂ ਦੀ ਆ। ਇਨੂੰ ਸੰਭਾਲਣ ਦੀ ਲੋੜ ਆ ਨਾ ਕਿ ਪੱਥਰ ਚੜਾ ਕੇ ਇਹਦੀ ਰੋਹਾਨੀਅਤ ਨੂੰ ਖਤਮ ਕਰਨ ਦੀ ਆਪਣੀ ਕੌਮ ਨੂੰ ਬੇਨਤੀ ਕਰਦਾ ਕਿ ਸ਼ੇਅਰ ਕਰਕੇ ਦੁਨੀਆ ਤੱਕ ਇਸ ਪਾਵਨ ਜਗ੍ਹਾ ਨੂੰ ਪੁੱਜਦੀ ਕਰੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਬਹੁਤ ਤਕੜਾ ਇਤਿਹਾਸ ਵਿਖਾਉਣਾ ਸਾਹਿਬ ਪਾਸ਼ਾ ਗੁਰੂ ਅਰਜਨ ਸਾਹਿਬ ਜੀ ਦਾ ਕਹਿ ਸਕਦੇ ਹਾਂ ਕਿ ਇੱਥੇ ਘਰ ਦੇ ਵਿੱਚ ਹੀ ਤੁਹਾਨੂੰ ਲੈ ਕੇ ਆਏ ਆ ਜਿਹੜਾ ਤੁਹਾਨੂੰ ਆ ਖੁਦ ਅਸਰਾ ਇਸ ਵਕਤ ਆ ਇਸ ਵਕਤ ਖੰਡਰ ਹਾਲਤ ਦੇ ਵਿੱਚ ਕਹਿ ਸਕਦੇ ਹਾਂ ਕਿ ਟਾਂ ਖਸਕ ਰਹੀਆਂ ਨੇ ਇੱਥੇ ਕਿਸੇ ਸਮੇਂ ਗੁਰੂ ਅਰਜਨ ਸਾਹਿਬ ਜੀ ਵਿਸ਼ਨਾਨ ਕਰਦਣੀ ਕਰਦੇ ਰਹਿਆ ਇੱਥੋਂ ਪਾਣੀ ਵੀ ਪੀਂਦੇ ਰਹਿਆ ਤੇ ਇਹ ਘਰ ਕਿਸੇ ਸਮੇਂ ਕੱਚਾ ਹੁੰਦਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਇਸ ਘਰ ਨੂੰ ਪੱਕਾ ਕੀਤਾ ਗਿਆ ਇਹ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਆਪਾਂ ਮਤਲਬ ਬਹੁਤ ਤਕੜਾ ਇਤਿਹਾਸ ਆ ਇਸ ਵਕਤ ਅਸੀਂ ਚੋਲਾ ਸਾਹਿਬ ਦੇ ਵਿੱਚਾਂ ਕਹਿ ਸਕਦਾ ਕਿ ਤਰਨਤਾਰਨ ਜ਼ਿਲ੍ਹਾ ਜ਼ਿਲ੍ਹੇ ਦੇ ਵਿੱਚਾਂ ਤੇ ਅੱਜ ਤੁਹਾਨੂੰ ਦਿਖਾਉਣਾ ਹੈ ਵੀ ਘਰ ਦੀ ਹਾਲਤ ਕੀ ਆ ਤੇ ਸਾਰਾ ਇਤਿਹਾਸ ਸਾਨੂੰ ਇਉਂ ਲੱਗਦਾ ਵੀ ਸਾਇਬ ਪਾਦਸ਼ਾਹ ਨੇ ਸਾਡੀ ਇੱਕ ਵੱਡੀ ਸੇਵਾ ਲਾਤੀ ਹੁੰਦੀ ਹੈ ਜਿਵੇਂ ਸਾਨੂੰ ਅੱਜ ਮਾਣ ਮਹਿਸੂਸ ਹੋ ਰਿਹਾ ਵੀ ਉਹਨਾਂ ਦਾ ਇਤਿਹਾਸ ਫਲਵਾਉਣ ਦਾ ਸਾਨੂੰ ਅੱਜ ਮੌਕਾ ਮਿਲਿਆ ਤੇ ਅੱਜ ਸਾਰਾ ਤੁਹਾਨੂੰ ਘਰ ਵਿਖਾਉਣਾ ਵਾਂ ਤੇ ਨਾਲ ਦੀ ਨਾਲ ਇਤਿਹਾਸ ਦੱਸਾਂਗੇ ਗੁਰੂ ਸਾਹਿਬ ਦੇ ਜਨਮ ਤੋਂ ਲੈ ਕੇ ਆਖਰੀ ਸਮੇਂ ਤੱਕ ਗੁਰੂ ਸਾਹਿਬ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਮਤਲਬ ਉਹਨਾਂ ਬਹੁਤ ਸਾਰੀਆਂ ਮਤਲਬ ਕਹਿ ਸਕਦੇ ਆ ਕਿ ਬੌਲੀਆਂ ਸਰੋਵਰ ਇਮਾਰਤਾਂ ਤੇ ਪਵਿੱਤਰ ਸ਼ਹਿਰ ਵੀ ਵਸਾਏ ਸੀਗੇ ਤਾਂ ਸਾਰੀਆਂ ਗੱਲਾਂ ਬਾਤਾਂ ਕਰਦੇ ਆਂ ਆਓ ਚੱਲਗੇ ਦਰਸ਼ਕੋ ਇਹ ਹੋਈ ਪ੍ਰਣਾ ਘਾਰਾ ਵੀ ਕਿਸੇ ਸਮੇਂ ਇੱਥੇ ਗੁਰੂ ਸਾਹਿਬ ਆਏ ਸੀਗੇ ਤੇ ਤੁਹਾਨੂੰ ਮੈਂ ਦੱਸਦਾ ਕਿ ਕਿਸੇ ਸਮੇਂ ਚੋਲਾ ਸਾਬ ਦਾ ਨਾਂ ਭੈਣੀ ਹੁੰਦਾ ਸੀ ਪੈਣੀ ਦਾ ਨਾਮ ਬਦਲ ਕੇ ਚੋਲਾ ਕਿਵੇਂ ਹੋਇਆ ਇਹ ਵੀ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਮੈਂ ਦੱਸਦਿਆਂ ਵੀ ਗੁਰੂ ਅਰਜਨ ਸਾਹਿਬ ਪਾਸ਼ਾ ਜੀ ਪੰਜਵੇਂ ਪਾਸ਼ਾ ਸੀ ਇਹਨਾਂ ਦਾ ਜਨਮ 1563 ਦੇ ਵਿੱਚ ਹੋਇਆ ਸੀਗਾ ਤੇ ਪਿਤਾ ਜੀ ਦਾ ਨਾਮ ਗੁਰੂ ਰਾਮਦਾਸ ਜੀ ਸੀ ਤੇ ਇਹਨਾਂ ਨੂੰ ਕਿਹਾ ਜਾਂਦਾ ਵੀ ਬਾਣੀ ਦਾ ਬੋਥਾ ਕਿਹਾ ਜਾਂਦਾ ਇਹ ਆਪਦੇ ਨਾਨਾ ਜੀ ਦੇ ਲਾੜਲੇ ਸੀ ਮਤਲਬ ਗੁਰੂ ਅਮਰਦਾਸ ਜੀ ਦੇ ਲਾੜਲੇ ਸੀਗੇ ਬਹੁਤ ਜ਼ਿਆਦਾ ਤੇ ਇਹ ਗੁਰੂ ਅਰਜਨ ਸਾਹਿਬ ਜੀ ਹੁਣੀ ਤਿੰਨ ਭਰਾ ਸੀ ਵੱਡਾ ਭਰਾ ਸੀ ਪ੍ਰਿਥੀਚੰਦ ਦੂਜਾ ਮਹਾਦੇਵ ਤੇ ਤੀਸਰੇ ਸੀਗੇ ਗੁਰੂ ਅਰਜਨ ਸਾਹਿਬ ਪਾਸ਼ਾ ਜੀ ਕਿਹਾ ਜਾਂਦਾ ਵੀ ਇਸ ਏਰੀਏ ਦੇ ਵਿੱਚ ਇੱਥੇ ਨੀੜ ਤੇੜ 2.5 ਸਾਲ ਦਾ ਸਮਾਂ ਮਤਲਬ ਗੁਰੂ ਸਾਹਿਬ ਨੇ گزارਿਆ ਲਗਭਗ ਕਹਿ ਸਕਦੇ ਹਾਂ ਕਿ ਇੱਕ ਥਾਂ ਤੇ ਉਹ ਸਭ ਤੋਂ ਵੱਧ ਸਮਾਂ گزارਿਆ ਕਿਹਾ ਜਾਂਦਾ ਵਾ ਇੱਥੇ ਰਹੇ ਸੀ ਉਸ ਸਮੇਂ ਮਾਤਾ ਗੰਗਾ ਜੀ ਵੀ ਹੁੰਦੇ ਸੀ ਨਾਲ ਤਾ ਹਰਗੋਬਿੰਦ ਸਾਹਿਬ ਪਾਸ਼ਾ ਜੀ ਵੀ ਉਦੋਂ ਛੋਟੀ ਉਮਰ ਦੇ ਵਿੱਚ ਹੀ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਕੁਝ ਸਮੇਂ ਮਤਲਬ ਜਦੋਂ ਹਰਗੋਬਿੰਦ ਸਾਹਿਬ ਜਵਾਨ ਹੋਏ ਉਸ ਤੋਂ ਬਾਅਦ ਫਿਰ ਗੁਰੂ ਤੇਗ ਬਹਾਦਰ ਸਾਹਿਬ ਵੀ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਨਾਲ ਹੀ ਇੱਥੇ ਸਥਾਨ ਤੇ ਆਏ ਸੀਗੇ ਤੈਨੂੰ ਮੈਂ ਦੱਸ ਦਿਆਂ ਵੀ ਇਸ ਵਕਤ ਹਾਲਤ ਤੁਹਾਡੇ ਸਾਹਮਣੇ ਆ ਨਿੱਕੀ ੱਟ ਦਾ ਬਣਿਆ ਹੋਇਆ ਘਰ ਆਹੇ ਪਰ ਮੈਂ ਸੇਵਾ ਹੀ ਮੰਨਦਾ ਵੀ ਜਿਹੜੀ ਵੀ ਹਾਲਤ ਚ ਨੂੰ ਨੇਚਰਲ ਹਾਲਤ ਚ ਸੁਰੱਖਿਆ ਗਿਆ ਵਾ ਬੇਸ਼ੱਕ ਇੱਕ ਛੱਤ ਡੈਗਦੀ ਤੁਹਾਨੂੰ ਨਜ਼ਰ ਆ ਰਹੀ ਹੋਊਗੀ ਤੁਹਾਡੇ ਮਾਂ ਚ ਸ਼ਿਕਵਾ ਤੇ ਬਹੁਤ ਸਾਰੀਆਂ ਗੱਲਾਂ ਆ ਰਹੀਆਂ ਹੋਣਗੀਆਂ ਪਰ ਮੈਨੂੰ ਇਉਂ ਲੱਗਦਾ ਵੀ ਇਹਨੂੰ ਹੁਬਹ ਓਮੀ ਰੱਖ ਲਿਆ ਇਹਨਾਂ ਨੇ ਨਹੀਂ ਤਾਂ ਸੰਗ ਮਰ ਮਰ ਚਾੜ ਕੇ ਇਹਨੂੰ ਖਰਾਬ ਕੀਤਾ ਜਾ ਸਕਦਾ ਸੀ ਜਿਵੇਂ ਕਿ ਸਾਡੇ ਹੋਰ ਵੀ ਸਥਾਨ ਖਰਾਬ ਕੀਤੇ ਆ ਪਰ ਇਹਨੂੰ ਓਮੀ ਰੱਖਿਆ ਹੋਇਆ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਇੱਥੇ ਆ ਖੂਹ ਹੁੰਦਾ ਸੀਗਾ ਦਰਸ਼ਕੋ ਇਸ ਵਕਤ ਮੈਂ ਦਿਖਾ ਰਿਹਾ ਤੁਹਾਨੂੰ ਆ ਇੱਥੇ ਆ ਖੂਹ ਸੀਗਾ ਤੇ ਕਿਹਾ ਜਾਂਦਾ ਵਾ ਬਿਥੋਂ ਸਸੀਂ ਸਰਦਾਰ ਦਰਸ਼ਨ ਸਿੰਘ ਸੰਧੂ ਸਾਹਿਬ ਨਾਲ ਗੱਲ ਕੀਤੀ ਕਹਿੰਦੇ ਪਾਣੀ ਇਹਦਾ ਇੰਨਾ ਠੰਡਾ ਹੁੰਦਾ ਸੀ ਨਾ ਬਾਜ਼ਾਰ ਚੋਂ ਬਰਫ਼ ਲਿਆਉਣ ਦੀ ਲੋੜ ਨਹੀਂ ਸੀ ਹੁੰਦੀ ਮਤਲਬ ਪਾਣੀ ਬਹੁਤ ਸੁਆਦ ਸੀ ਤੇ ਕਿਸੇ ਸਾਬ ਇਹ ਪੈਣੀ ਪਿੰਡ ਦੇ ਅਰਦ ਗਿਰਦ ਜੰਗਲ ਹੁੰਦਾ ਸੀਗਾ ਤੇ ਤਕਰੀਬਨ ਆਬਾਦੀ ਵੀ 100 150 ਦੇ ਨੇੜ ਦੇ ਨੇੜ ਸੀਗੀ ਆਬਾਦੀ ਕੋਈ ਜ਼ਿਆਦਾ ਨਹੀਂ ਸੀ ਜਦੋਂ ਗੁਰੂ ਸਾਹਿਬ ਇੱਥੇ ਆਏ ਦਰਸ਼ਕੋ ਅਸਲ ਦੇ ਵਿੱਚ ਇੱਕ ਘਰ ਬੀਬੀ ਸੁਖਵੰਤ ਦਾ ਹੁੰਦਾ ਸੀ ਜਿਨ੍ਹਾਂ ਨੂੰ ਸੁੱਖਾਂ ਵੀ ਕਹਿੰਦੇ ਸੀ ਭਾਈ ਦਾਨ ਨੰਬਰਦਾਰ ਜੀ ਹੁੰਦੇ ਸੀ ਮਤੋਂ ਉਹਨਾਂ ਦੇ ਘਰੋਂ ਸੀ ਬੀਬੀ ਸੁਖਵੰਤ ਜਦੋਂ ਗੁਰੂ ਸਾਹਿਬ ਇਸ ਇਲਾਕੇ ਦੇ ਵਿੱਚ ਆਏ ਨਾ ਇਸ ਪਿੰਡ ਦੇ ਵਿੱਚ ਆਏ ਤਾਂ ਬੀਬੀ ਸੁਖਵੰਤ ਜਿਨ੍ਹਾਂ ਨੂੰ ਸੁੱਖਾਂ ਵੀ ਕਹਿੰਦੇ ਸੀਗੇ ਉਹ ਚੋਰੀ ਦੇ ਮਤ ਕੁੱਟ ਕੇ ਘੋਵਾ ਬਾਵਾ ਪਾ ਕੇ ਮੱਖਣ ਪਾ ਕੇ ਇੱਥੇ ਲੈ ਕੇ ਆਈ ਸੀ ਤਾਂ ਗੁਰੂ ਸਾਹਿਬ ਨੇ ਕਿਹਾ ਭਾਈ ਆ ਕੀ ਤੂੰ ਚੋਲਾ ਬਣਾ ਲਿਆਈ ਆ ਤਾਂ ਉੱਥੋਂ ਹੀ ਫਿਰ ਇਹਦਾ ਨਾਂ ਚੋਲਾ ਪੈ ਗਿਆ ਚੋਲਾ ਸਾਹਿਬ ਪੈ ਗਿਆ ਸੀ ਵੀ ਹੁਣ ਪਿੰਡ ਦਾ ਨਾਂ ਭੈਣੀ ਨਹੀਂ ਚੋਲਾ ਹੋਊਗਾ ਮਤਲਬ ਇਸ ਪਿੰਡ ਨੇ ਗੁਰੂ ਸਾਹਿਬ ਦੀ ਸੇਵਾ ਸੰਭਾਲ ਬਹੁਤ ادب ਸਤਿਕਾਰ ਦੇ ਨਾਲ ਕੀਤੀ ਸੀਗੀ ਮਤਲਬ ਇਸੇ ਕਰਕੇ ਇਸ ਮੁਹੱਬਤ ਦੇ ਕਾਰਨ ਹੀ ਗੁਰੂ ਸਾਹਿਬ ਲੰਮਾ ਸਵਾ ਇਸ ਪੰਡ ਦੇ ਵਿੱਚ ਰਹੇ ਸੀਗੇ ਮੜਾ ਜਿੱਧਰਲੇ ਪਾਸੇ ਦੀ ਮੈਂ ਖੂਦ ਦਿਖਾ ਦਿਆਂ ਵੀਰੇ ਸੁਖਿੰਦਰ ਮੜਾ ਨੇੜੇ ਆਉਗੇ ਵੀ ਆ ਦੇਖੋ ਇੱਥੇ ਪੌਣੀਆਂ ਚੱਲਦੀਆਂ ਹੁੰਦੀਆਂ ਸੀਗੀਆਂ ਇੱਥੇ ਆ ਇੱਥੇ ਖੂ ਉਹ ਤੁਮੜ ਟਕਿਆ ਹੋਇਆ ਵਾ ਆਹ ਜ ਸਤਿਰ ਜੀ ਛੋਟੇ ਛੋਟੇ ਨਜ਼ਰ ਆ ਰਹੇ ਆ ਤੁਹਾਨੂੰ ਇਹਦੇ ਨਾਲ ਟਕਿਆ ਹੁੰਦਾ ਸੀ ਟਕਿਆ ਹੋਣ ਖੂ ਮਤਲਬ ਆ ਇੱਥੇ ਖੂ ਸੀ ਤੇ ਇਟਾਂ ਥੋੜੀਆਂ ਥੋੜੀਆਂ ਖਿਸਕ ਰਹੀਆਂ ਚੂਨੇ ਦੇ ਨਾਲ ਬਣੀਆਂ ਹੋਈਆਂ ਲੱਗੀਆਂ ਹੋਈਆਂ ਨੇ ਇੱਟ ਡਾਟ ਨਵਾ ਇਹ ਕਹਿੰਦੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 'ਚ ਬਣੀਆਂ ਤੇ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆ ਜਾਂਦਾ ਵਾ 1799 ਤੋਂ ਜਦੋਂ ਲਾਹੌਰ ਜਿੱਤੇ ਉਸ ਤੋਂ ਬਾਅਦ ਹੀ ਰਾਜ ਚੱਲਿਆ ਤੇ ਮਹਾਰਾਜਾ ਰਣਜੀਤ ਸਿੰਘ ਦਾ ਜੋ ਦੇਹਾਂਤ ਹੁੰਦਾ ਵਾ 1839 'ਚ ਹੁੰਦਾ ਉਸ ਤੋਂ ਬਾਅਦ 10 ਸਾਲ ਹੋਰ ਰਾਜ ਚੱਲਦਾ ਮਤਲਬ ਕੁੱਲ ਮਿਲਾ ਕੇ 1799 ਤੋਂ 1859 ਦੇ ਦਰਮਿਆਨ ਰਾਜ ਰਿਹਾ ਮਹਾਰਾਜਾ ਰਣਜੀਤ ਸਿੰਘ ਦਾ ਤੁਸਨ ਮੈਂ ਦੱਸ ਦੇ ਵੀ ਬਹੁਤ ਸਾਰੀਆਂ ਸਿੱਖ ਇਤਿਹਾਸ ਨਾਲ ਜੁੜੀਆਂ ਇਮਾਰਤਾਂ ਜਾਂ ਗੁਰੂ ਸਾਹਿਬਾਨ ਨਾਲ ਜੁੜੀਆਂ ਇਮਾਰਤਾਂ ਦਾ ਨਿਰਮਾਣ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੀਤਾ ਬਹੁਤ ਸਾਰੇ ਜੋ ਸਾਨੂੰ ਨਮੂਨੇ ਮਿਲਦੇ ਆ ਇਤਿਹਾਸ ਦੇ ਵਿੱਚੋਂ ਉਹ ਮਹਾਰਾਜਾ ਸ਼ੇਰ ਸਿੰਘ ਜੀ ਦਾ ਜ਼ਿਕਰ ਹੁੰਦਾ ਤੇ ਲਾਹੌਰ ਦੇ ਵਿੱਚ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਬਹੁਤ ਸਾਰੇ ਸਥਾਨ ਨੇ ਜਿਹੜੇ ਹਜੇ ਵੀ ਉੱਥੇ ਮੌਜੂਦ ਨੇ ਤਾਂ ਆ ਦੇਖੋ ਚਿਵਾਰੇ ਹਗੇ ਅਤੇ ਹਜੇ ਉਸ ਸਮੇਂ ਲੱਕੜਾਂ ਵਗੈਰਾ ਦਰਵਾਜ਼ੇ ਬੂਹੇ ਤੁਹਾਨੂੰ ਸਾਫ਼ ਨਜ਼ਰ ਆ ਰਹੇ ਆ ਤੇ ਇਧਰਲੇ ਪਾਸੇ ਹੋਰ ਅੰਦਰੋਂ ਮੈਂ ਦਿਖਾ ਦਿਆਂ ਤੁਹਾਨੂੰ ਕਿਵੇਂ ਮਾਹੌਲ ਆ ਸਾਰਾ ਆ ਇਹ ਤੋਂ ਪਿੱਲਾ ਗੋਲਾਕਾਰ ਦੇ ਪਿੱਲਰ ਆ ਮਤਲਬ ਇਹ ਮਤਲਬ ਡਿਜ਼ਾਈਨ ਉਸ ਆ ਦੀ ਮਤਲਬ ਮੇਤ ਨਾਲ ਕੀਤੇ ਹੋਏ ਕੰਮ ਆ ਜਿਵੇਂ ਇੱਕ ਸਧਾਰਨ ਕਰ ਹੁੰਦਾ ਨਾ ਕਿਸੇ ਉਸ ਹਾਬ ਦਾ ਨਾਲ ਸੀ ਪਰ ਜਦੋਂ ਗੁਰੂ ਸਾਹਿਬ ਦੇ ਪੈਰ ਪੈ ਗਏ ਤਾਂ ਫਿਰ پاک ਪਵਿੱਤਰ ਹੋ ਗਈ ਚੀਜ਼ ਹੈ ਨਾ ਤੇ ਆ ਦੇਖੋ ਆ ਕਿ ਨਾ ਪੰਜਾਬੀ ਪੁਰਾਣਾ ਜਿਵੇਂ ਘਰ ਹੁੰਦੇ ਸੀ ਪੰਜਾਬ ਦੇ ਪੁਰਾਣੇ ਘਰ ਜਿਵੇਂ ਇਸ ਤਰੀਕੇ ਨਾਲ ਆਲੇ ਰੱਖੇ ਜਾਂਦੇ ਹੁੰਦੇ ਸੀਗੇ ਹੈ ਨਾ ਆਲੇ ਰੱਖੇ ਹੋਏ ਆ ਕਿਲੇ ਕੋ ਝੋਲਾ ਟੰਗਣ ਨੂੰ ਫੁੱਲਾਂ ਵਾਲਾ ਝੋਲਾ ਟੰਗਣ ਨੂੰ ਤੇ ਇੱਥੇ ਆਹ ਜਿਹੜੀ ਚੀਜ਼ ਨੂੰ ਚਗਾਠ ਜੀ ਨਜ਼ਰ ਆ ਰਹੀ ਆ ਕਹਿੰਦੇ ਵੀ ਇੱਥੋਂ ਖੂਹ ਦੇ ਵਿੱਚ ਪਾਉਣੀਆਂ ਚੱਲ ਕੇ ਪਾਣੀ ਇੱਥੇ ਜਮਾ ਕੀਤਾ ਜਾਂਦਾ ਸੀ ਪਾਣੀ ਸਟੋਰ ਕਰਨ ਦਾ ਇੱਕ ਤਰੀਕਾ ਸੀ ਟੈਂਕੀ ਸੀ ਇੱਥੇ ਵੀ ਪਾਣੀ ਲੱਗੀ ਹੁੰਦੀ ਸੀਗੇ ਤੇ ਆਹ ਕੀ ਹੋ ਸਕਦਾ ਵਾ ਹੋ ਸਕਦਾ ਭਾਂਡੇ ਟੀਂਡ ਲਾਉਣ ਨੂੰ ਜਿਵੇਂ ਆਪਾਂ ਭਾਂਡੇ ਧੋ ਕੇ ਜਾਂ ਰੱਖਣ ਨੂੰ ਉਹ ਚੀਜ਼ ਹੋ ਸਕਦੀ ਆ ਇਸ ਤਰ੍ਹਾਂ ਕੰਦੇ ਮੁੱਠੇ ਜੇ ਲੱਗੇ ਹੋਇਆ ਤੇ ਆਹ ਆਪ ਦੇਖਦੇ ਬਈ ਅੰਦਰਲੇ ਪਾਸੋਂ ਨਾ ਛੱਤ ਕਾਲੀ ਹੋਈ ਆ ਇੱਥੋਂ ਕੀ ਪਤਾ ਲੱਗਦਾ ਵੀ ਹੋ ਸਕਦਾ ਇਹ ਨੇੜ ਤੇ ਰੀ ਸੋਈ ਹੋਵੇ ਕਿਉਂਕਿ ਅਕਸਰ ਚੁੱਲਿਆਂ ਦੇ ਵਿੱਚ ਧੂਆ ਨਿਕਲ ਕੇ ਛੱਤਾਂ ਕਾਲੀਆਂ ਕਰ ਦਿੰਦਾ ਨਾ ਜਿਵੇਂ ਆਪਾਂ ਪਿੰਡਾਂ 'ਚ ਵੇਖਿਆ ਤੇ ਆਹ ਪੁਰਾਣੇ ਦਰਵਾਜ਼ੇ ਲੱਗੇ ਹੋਏ ਨੇ ਆਹ ਦੇਖੋ ਬਹੁਤ ਮਜ਼ਬੂਤ ਦਰਵਾਜ਼ੇ ਆ ਬਈ ਆ ਦੇਖੋ ਇਹ ਦਰਵਾਜ਼ੇ ਨੇ ਪੁਰਾਣੇ ਤੇ ਇਧਰਲੇ ਪਾਸੇ ਨਾਲ ਇੱਕ ਹੋਰ ਕਮਰਾ ਵਾ ਇਧਰ ਵੀ ਦੇਖ ਲਿਗੇ ਆਪਾਂ ਇਸ ਕਿਸਮ ਦੇ ਨਾਲ ਇੱਥੇ ਆਲੇ ਰੱਖੇ ਹੋਏ ਆ ਛੱਤਾਂ ਦੇ ਵਿੱਚ ਲੱਕੜ ਦੀਆਂ ਹੀ ਛੱਤਾਂ ਨੇ ਸਾਰੀਆਂ ਤੇ ਇਧਰਲੇ ਪਾਸੇ ਆ ਛੱਤ ਡਿੱਗੀ ਹੋਈ ਆ ਮੇਰੇ ਸੂਜਿੰਦਰ ਆਇਓ ਆ ਪੁਰਾਣਾ ਦਰਵਾਜ਼ਾ ਇੱਥੋਂ ਆ ਤੁਹਾਨੂੰ ਦੇਖਦੇ ਵੀ ਇਹਦੀ ਇਸ ਕਮਰੇ ਦੀ ਛੱਤ ਵੀ ਡਿੱਗੀ ਹੋਈ ਆ ਤੋਂ ਉਦੋਂ ਉੱਤੇ ਉਹ ਚਿਵਾਰੇ ਦੀ ਛੱਤ ਵੀ ਡਿੱਗੀ ਹੋਈ ਆ ਉੱਚੇ ਮਾਰਥ ਤਾਂ ਚੁਬਾਰ ਦੀ ਛੱਤ ਵੀ ਸਾਰੀ ਇੱਥੇ ਆ ਮਾਲਵਾਸ ਥੱਲੇ ਜਮਾ ਹੋ ਚੁੱਕਿਆ ਵਾ ਮਤਲਬ ਉਹ ਸਾਰਾ ਕੁਝ ਡੱਗ ਚੁੱਕਿਆ ਮੱਗੇ ਜਾ ਕੇ ਦੇਖਾਂ ਇਧਰਲੇ ਪਾਸੇ ਆ ਬਾਰ ਬੰਦ ਦਾ ਮਤਲਬ ਇਧਰੋਂ ਇਧਰ ਜਾਣ ਦਾ ਰਸਤਾ ਰਸਤਾ ਬੰਦ ਹੋ ਚੁੱਕਿਆ ਵਾ ਕੁੱਲ ਮਿਲਾ ਕੇ ਇਧਰ ਸਾਰਾ ਬੰਦ ਹੋ ਚੁੱਕਿਆ ਵੱਡੇ ਵੱਡੇ ਸਤਿਰ ਨੇ ਉਸ ਸਮੇਂ ਦੇ ਉਵੇਂ ਹੀ ਖੜੇ ਆ ਪਰ ਫਿਰ ਵੀ ਕਿੰਨਾ ਕੁ ਚਿਰ ਕੋਈ ਚੀਜ਼ ਰਵੇ ਕਿਰਾਂ ਉਹਨੂੰ ਸਾਫ ਸੰਭਾਲ ਤੈਨ ਇੱਕ ਤਾਂ ਬੰਦਦਾ ਹੁੰਦਾ ਬਈ ਉਹਨਾਂ ਉਹਨੂੰ ਕਿਸੇ ਕਿਸੇ ਚੀਜ਼ ਨਾਲ ਟੱਕਿਆ ਜਾ ਸਕੇ ਜਾਂ ਪਤਾ ਕੀ ਹੁੰਦੀ ਆ ਸਮੱਸਿਆ ਜਦੋਂ ਕਹਿੰਦੇ ਵੀ ਇਮਾਰਤ ਸੰਭਲੋ ਉਹ ਕੀ ਕਰਦੇ ਆ ਕਿ ਸੀਮੈਂਟ ਦੀ ਪੂਰੀ ਲੈ ਆਉਂਦੇ ਤੇ ਤੂੰ ਥੱਪ ਦਿੰਦੇ ਉਹ ਖਰਾਬ ਕਰਦਾ ਕੰਮ ਪਰ ਜਦੋਂ ਤੁਸੀਂ ਇੱਕ ਤਾਂ ਚੂਨੇ ਦੇ ਨਾਲ ਉਹਨੂੰ ਉਸੇ ਡਿਜ਼ਾਈਨ ਹੂਬ ਹੂ ਰੱਖਦੇ ਆ ਜਿਵੇਂ ਪੁਰਾਤਨ ਵਿਭਾਗ ਵਾਲੇ ਰੱਖਦੇ ਆ ਜਿਵੇਂ ਕਲੇ ਰੱਖਦੇ ਆ ਉਹ ਚੀਜ਼ ਸ਼ਾਇਦ ਸਾਰਿਆਂ ਦੇ ਵਿੱਚ ਗੁਣ ਨਹੀਂਗਾ ਉਹਦੀ ਘਾਟ ਜਾਪੀ ਆ ਬਾਕੀ ਮੈਂ ਕਹਿੰਦਾ ਵੀ ਘਰ ਸਾਨੂੰ ਪੁਰਾਣਾ ਲੱਗ ਗਿਆ ਇਹ ਆਪਣੀ ਕੌਮ ਲਈ ਇਹ ਆਪਣੇ ਪੰਜਾਬੀ ਸਿੱਖ ਭਾਈਚਾਰੇ ਨੂੰ ਪਿਆਰ ਕਰਨ ਵਾਲੇ ਜਾਂ ਸਿੱਖ ਇਤਿਹਾਸ ਨੂੰ ਜਾਂ ਸਿੱਖ ਇਮਾਰਤਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਲਈ ਇੱਕ ਖੁਸ਼ੀ ਦੀ ਗੱਲ ਵੀ ਆ ਕਿ ਇੱਕ ਇਤਿਹਾਸਕ ਸਥਾਨ ਸਾਨੂੰ ਲੱਭਿਆ ਤੁਹਾਨੂੰ ਨਾ ਮੈਂ ਪੌੜੀਆਂ ਤੇ ਵੀ ਦਿਖਾ ਕੇ ਲੈ ਕੇ ਆਵਾਂ ਕਿਸ ਕਿਸਮ ਦੀਆਂ ਪੌੜੀਆਂ ਨੇ ਮਤਲਬ ਉਹਨਾਂ ਵੇਲੇ ਚ ਆਲੀ ਸ਼ਾਨ ਬਣਿਆ ਹੋਇਆ ਘਰ ਆ ਆ ਦੇਖੋ ਪੌੜੀਆਂ ਦੇ ਸਟੈਪ ਲੱਕੜ ਦੇ ਨਾਲ ਬਣੇ ਹੋਏ ਆ ਨਿੱਕੀ ਐਟਾ ਚੂਨੇ ਨਾਲ ਬਣੀ ਹੋਈ ਆ ਮੈਂ ਪੌੜੀਆਂ ਚੜ ਰਿਹਾ ਇਸ ਵਕਤ ਤਾਂ ਚਵਾਰ ਵਾਲੇ ਪਾਸੋਂ ਵੀ ਆਪਾਂ ਨਿਗਾ ਮਾਰ ਰਿਹਾ ਇਹ ਇਧਰਲੇ ਪਾਸੇ ਪਹਿਲਾਂ ਇਹ ਕਿਸੇ ਸਮੇਂ ਕੱਚਾ ਹੁੰਦਾ ਸੀ ਘਰ ਇਹ ਇਹ ਇਧਰ ਬਾਈ ਸੁਜਿੰਦਰ ਆ ਜਾਓ ਵੀਰੇ ਆਹ ਗੇਟ ਲੱਗਿਆ ਮਤਲਬ ਚਵਾਰੇ ਦੂਤਲੇ ਪਾਸੇ ਆ ਖੁੱਲ ਗਿਆ ਖੁੱਲ ਗਿਆ ਮੋ ਕੁੰਡਾ ਲੱਗਿਆ ਕੁੰਡੇ ਦੀ ਮਾੜੀ ਜੀ سپورਟ ਆ ਆ ਲੱਕੜ ਦੀ ਛੱਤ ਆ ਤੇ ਇਧਰਲੇ ਪਾਸੇ ਦਿਖਾ ਦਿਆਂ ਤੁਹਾਨੂੰ ਮੈਂ ਵੀ ਵਿਚਾਲੇ ਛੱਤ ਡਿੱਗੀ ਹੋਈ ਆ ਤੇ ਲੱਕੜ ਦੀ ਕੋਈ ਛੱਤ ਆ ਸਾਰੀ ਇਧਰਲੇ ਪਾਸੇ ਵੀ ਪ੍ਰਿੰਡਾਂ ਦੇ ਕਖਰਾਂ ਵਗੈਰਾ ਲੱਗੀਆਂ ਹੋਈਆਂ ਘਰ ਚ ਇਸ ਵਕਤ ਤਰੇੜਾਂ ਨੇ ਤੁਹਾਡੇ ਸਾਹਮਣੇ ਕਿਸ ਕਿਸਮ ਦੇ ਨਾਲ ਕੀ ਆ ਗੱਲਬਾਤ ਸਾਰੀ ਤੁਸੀਂ ਵੇਖ ਰਹੇ ਹੋ ਇਸ ਵਕਤ ਤੇ ਇਸੇ ਥਾਂ ਦੇ ਉੱਤੇ ਕਿਸ ਸਮੇਂ ਗੁਰੂ ਅਰਜਨ ਸਾਹਿਬ ਪਾਸ਼ਾ ਜੀ ਆਏ ਸੀਗੇ ਇੱਧਰਲੇ ਪਾਸੋਂ ਵੀ ਵਿਖਾਦਾ ਮਤਲਬ ਬਹੁਤ ਤਕੜਾ ਪਰਿਵਾਰ ਸੀਗਾ ਉਹਨਾਂ ਕੋਈ ਨੰਬਰਦਾਰ ਸੀ ਕੋਈ ਨੰਬਰਦਾਰ ਸਧਾਰਨ ਤਾਂ ਹੁੰਦਾ ਨਹੀਂ ਆ ਇਸ ਐਸਮ ਦੇ ਉੱਤੇ ਛੱਤ ਦੇ ਉੱਤੇ ਮਤਲਬ ਬਨੇਰੇ ਪੱਕੇ ਬਣੇ ਹੋਇਆ ਮਹਾਰਾਜਾ ਰਣਜੀਤ ਸਿੰਘ ਵੀ ਯਾਰ ਕਮਾਲ ਬਾਦਸ਼ਾਹ ਸੀ ਸਾਡਾ ਕਮਾਲ ਦਾ ਰਾਜਾ ਸੀਗਾ ਸਿਰਾ ਰਾਜਾ ਅਸੀਂ ਵੀ ਜਿਨ੍ਹਾਂ ਸਾਡੇ ਸਿੱਖ ਇਤਿਹਾਸ ਦੀਆਂ ਇਮਾਰਤਾਂ ਨੂੰ ਸੰਭਾਲਿਆ ਇਸੇ ਕਰਕੇ ਉਸ ਰਾਜ ਨੂੰ ਯਾਦ ਕੀਤਾ ਜਾਂਦਾ ਕੁਝ ਕਮਰੇ ਤਾਂ ਦਰਸ਼ਕੋ ਉਸ ਪਾਸੇ ਸੇ ਕੋ ਜਾ ਵਾ ਇਸ ਵੋ ਲਬੂਹੇ ਲੱਗੇ ਹੋਏ ਆ ਹਨਾ ਤੇ ਲੱਕੜ ਦਾ ਕੰਮ ਹੋਇਆ ਵਾ ਵਧੀਆ ਹੋਇਆ ਕੰਮ ਇੱਧਰਲੇ ਪਾਸੇ ਆ ਜੀਏ ਮਾ ਆ ਵੀ ਕਮਰਾ ਵੱਡਾ ਕਮਰਾ ਸੀ ਆ ਬਹੁਤ ਵੱਡਾ ਕਮਰਾ ਸੀ ਬਾਈ ਆ ਦੇਖਣ ਤੋਂ ਜਾ ਕੇ ਆ ਬਹੁਤ ਖਾਲਨੂਮਾ ਕਮਰਾ ਹੈ ਆ ਦੇਖੋ ਇਹ ਦੇਖੋ ਕਿੰਨਾ ਕਮਾਲ ਸੀ ਜਿਵੇਂ ਨਾ ਕੋਈ ਖਜ਼ਾਨਾ ਰੱਖਣ ਵਾਲਾ ਹੁੰਦਾ ਕਮਰਾ ਆ ਗੋਲ ਪਿੱਲਰਾਂ ਨੇ ਕੀ ੱਟ ਦੇ ਮੇਰੇ ਮੜੇ 7 ਤળે ਵੀ ਦਿਖਾ ਦੇਵੀਂ ਛੱਤ ਕਿਸ ਕਸਮ ਦੀ ਉਹਨਾਂ ਵੇਲਿਆਂ 'ਚ ਪੀਓਪੀ ਵਗੈਰਾ ਹੁਣ ਜੋ ਕਰਾਉਂਦੇ ਆ ਉਸ ਤੋਂ ਉੱਤੇ ਦਾ ਕੰਮ ਹੁੰਦਾ ਸੀ ਇਹ ਆ ਦੇਖੋ ਪੂਰਾ ਖੁੱਲਾ ਹਾਲ ਆ ਤੇ ਠੰਡਕ ਵੀ ਮਹਿਸੂਸ ਹੋ ਰਹੀ ਆ ਬਾਹਰ ਗਰਮੀ ਪੈ ਰਹੀ ਆ ਅੰਦਰ ਠੰਡਾ ਪੂਰਾ ਵਧੀਆ ਹਵਾ ਆ ਰਹੀ ਆ ਮਤਲਬ ਬਣਾਉਣ ਦਾ ਤਰੀਕਾ ਵੀ ਉਸ ਹੱਬ ਦਾ ਹੁੰਦਾ ਸੀ ਆ ਦੇਖੋ ਲੈ ਇਸ ਵਕਤ ਅਸੀਂ ਪੁਰਾਣੇ ਘਰ ਦੇ ਵਿੱਚ ਆ ਦੇਖੋ ਕਿੰਨਾ ਖੂਬਸੂਰਤ ਬਣਿਆ ਸੀ ਉਹਨਾਂ ਵੇਲਿਆਂ ਦੇ ਵਿੱਚ ਕਹਿ ਸਕਦੇ ਆ ਆਪਾਂ ਆ ਦਰਵਾਜੇ 1 2 3 4 5 ਪੰਜ ਦਰਵਾਜੇ ਲੱਗੇ ਹੋਏ ਨੇ ਵੀਰ ਸੁਸ਼ਿੰਦਰ ਕਿੰਨੇ ਫੁੱਟ ਹੋ ਸਕਦਾ ਏ 25 30 ਫੁੱਟ ਜ਼ਿਆਦਾ ਹੈ 40 ਫੁੱਟ 40 ਫੁੱਟ ਦੇ ਨੇੜੇ ਤੇੜ ਦਾ ਲੈਂਥ ਆ ਇਹਦੀ ਇਧਰਲੇ ਪਾਸੇ ਆ ਜੀਏ ਕੰਧ ਟੇਢੀ ਹੋ ਚੁੱਕੀ ਆ ਪਰ ਫਿਰ ਵੀ ਹੋ ਸਕਦਾ ਇਹ ਆਪਣਾ ਨਿਸ਼ਾਨੀ ਕਹਿ ਸਕਦੇ ਆਪਾਂ ਵੀ ਵੀਡੀਓ ਬਣ ਗਈ ਇਹ ਚੰਗਾ ਹੋਇਆ ਹਾਂ ਆ ਦੇਖੋ ਆ ਵੀ ਕਮਰਾ ਬਣਿਆ ਹੋਇਆ ਇਧਰਲੇ ਪਾਸੇ ਇਹਦੀ ਛੱਤ ਡਿੱਗ ਚੁੱਕੀ ਆ ਕੰਧਾਂ 'ਚ ਦਰਾੜਾਂ ਨੇ ਤਮਰੇ ਲਾਕੇ ਰੋਪਣ ਦੀ ਕੋਸ਼ਿਸ਼ ਹਾਂ ਤਮਰੇ ਲਾਕੇ ਜਿੰਨਾ ਵੀ ਸੀਗਾ ਮਤਲਬ ਸਮਝ ਸੀ ਉਸ ਹਿਸਾਬ ਨਾਲ ਕੋਸ਼ਿਸ਼ ਕੀਤੀ ਆ ਆਪਾਂ ਕੋਸ਼ਿਸ਼ ਨੂੰ ਵੀ ਸਲੂਟ ਕਰਦੇ ਆ ਆਇਦਰਲੇ ਪਾਸੇ ਆ ਵੀ ਉਸ ਹਿਸਾਬ ਦੇਈ ਆ ਕਮਰੇ ਮਤਲਬ ਆ ਕੰਡਾਂ ਟੇਡੀਆਂ ਹੋ ਚੁੱਕੀਆਂ ਨੇ ਉਹ ਦੋ ਟਿੰਡਾਂ ਵੀ ਪਈਆਂ ਨੇ ਤਾਂ ਰੱਖੀਆਂ ਹੋਈਆਂ ਮੈਂ ਮੜਾ ਦੇਖਿਆ ਆ ਆ ਦੇਖੋ ਦਰਸ਼ਕੋ ਆ ਦੇਖੋ ਆ ਟਿੰਡਾਂ ਪੁਰਾਣੀਆਂ ਟਿੰਡਾਂ ਵੀ ਪਈਆਂ ਨੇ ਦੋ ਅਕੱਲੇ ਲੱਕੜ ਦੇ ਬਣੇ ਹੋਏ ਆ ਤੇ ਇਹਨਾਂ ਦੇ ਉੱਤੇ ਆ ਦੋ ਟਿੰਡਾਂ ਟੰਗੀਆਂ ਹੋਈਆਂ ਪੁਰਾਣੀਆਂ ਤੇ ਆ ਦੇਖੋ ਕੰਧ ਜਮਾਂ ਇਹ ਟੇਢੀ ਆਏ ਹੋਪ ਚੁੱਕੀ ਆ ਮਤਲਬ ਇਹਦੀ ਐਂ ਲੱਗਦਾ ਵੀ ਜਿਵੇਂ ਹੁਣ ਬੰਦ ਛੱਟ 'ਚ ਡਿੱਗਣ ਵਾਲੀ ਹੋਵੇ ਜਿਵੇਂ ਉਸ ਹਾਬ ਦਾ ਹਾਲਤ ਆ ਤੇ ਆਜੋ ਬਾਹਰਲੇ ਪਾਸੇ ਵੀ ਬਸ ਸਿਰਫ ਇੰਨੀ ਕਿੰਨੀ ਥਾਂ ਤੇ ਖੜੀ ਆ ਇਹ ਆਹ ਆ ਸਪੋਰਟ ਰਹਿ ਗਈ ਕਿਉਂਕਿ ਇੱਟਾਂ ਬਾਹਰੀਆਂ ਇੱਕ ਝੜ ਚੁੱਕੀਆਂ ਹੋਈਆਂ ਜਿਵੇਂ ਲੈ ਕੇ ਡੱਗ ਚੁੱਕੀਆਂ ਗਾਰੇ ਨਾਲ ਲੱਗੀਆਂ ਹੋਈਆਂ ਇੱਟਾਂ ਨੇ ਇਸ ਪਾਸੇ ਕਿ ਬਾਹਰਲੇ ਪਾਸੇ ਚੂਨਾ ਵਰਦੇ ਸੀ ਵਿਚਾਲੇ ਤੋਂ ਗਾਰੇ ਹੀ ਪਾ ਦਿੰਦੇ ਸੀਗੇ ਤੇ ਇਸ ਹਿਸਾਬ ਦੇ ਨਾਲ ਇੰਨਾ ਕਾ ਦਰਵਾਜੇ ਬਚੇ ਆ ਤੇ ਕੁੰਡੇ ਕਾਂਡੇ ਸੁਨਵਾਦ ਹਾਂ ਤੇ ਉਹ ਸਾਡੇ ਆ ਦੇਖਾ ਕੁੰਡੇ ਲੱਗਿਆ ਮੈਂ ਤਾਂ ਚਾਂੜੀਆਂ ਲਾਉਣ ਵਾਸਤੇ ਨਾ ਵੀ ਕੋਈ ਪ੍ਰੋਗਰਾਮ ਕੋ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਹੋਊਗਾ ਤਾਂ ਚਾਂੜੀਆਂ ਲਾਈਆਂ ਜਾਂਦੀਆਂ ਸੀ ਮੈਨੂੰ ਬਾਈ ਸੁਖਿੰਦਰ ਨੇ ਦਿਖਾਇਆ ਵੀ ਉਹ ਕੁੰਡੇ ਦੇਖ ਵੀ ਆ ਕੁੰਡੇ ਵੀ ਕਮਾਲ ਸਾਰੇ ਪਾਸੇ ਲੱਗੇ ਹੋਏ ਆ ਮਤਲਬ ਪ੍ਰੋਗਰਾਮ ਘਰ ਚ ਹੋਣ ਦੀ ਆਸ ਹੁੰਦੀ ਸੀ ਵੀ ਚੰਗਾ ਪ੍ਰੋਗਰਾਮ ਹੋਊਗਾ ਵੀ ਚਾਨਣੀਆਂ ਭਾਈ ਲਾਉਣੀਆਂ ਇਹ ਨਹੀਂਗਾ ਵੀ ਮੌਕੇ ਦੇ ਡ੍ਰਿਲਾਂ ਨਾਲ ਕੱਲ ਗੱਡ ਲਾਂਗੇ ਹੁਣ ਮਤਲਬ ਉਸਾਂ ਅੰਤਿਮ ਸੀ ਸਮਝ ਰੱਖਦੇ ਸੀ ਲੋਕ ਸਾਰੇ ਘਰ ਚ ਲੱਗੇ ਹੋਏ ਆ ਤੇ ਹਰ ਪ੍ਰਣਾਲਾ ਜਿਹੜਾ ਪ੍ਰਣਾਲੇ ਆ ਜਿਹੜੇ ਉਹ ਵੀ ਮਤਲਬ ਫੁੱਟ ਫੁੱਟ ਦੀ ਸਪੈੱਥ ਤੇ ਲੱਗੇ ਹੋਏ ਆ ਮਤਲਬ ਪਾਣੀ ਖੜੇ ਨਾ ਛੱਤ ਤੇ ਸ਼ਾਇਦ ਉਹ ਜੇ ਪ੍ਰਬੰਧ ਉਹਦੋਂ ਕੀਤੇ ਕਰਕੇ ਇਸੇ ਕਰਕੇ ਹੀ ਇਹ ਇਮਾਰਤ ਹਜੇ ਤੱਕ ਸਲਾਮਤ ਆ ਉਹ ਸਾਹਮਣੇ ਚੁਬਾਰੇ ਦਿਖ ਰਹੇ ਹੋ ਤੁਸੀਂ ਤੇ ਚੁਬਾਰੇ ਦੇ ਉੱਤੇ ਬਾਹਰਲੇ ਪਾਸੇ ਬਾਰੀਆਂ ਦੇ ਉੱਤੇ ਗੁੰਬਦ ਜੇ ਪਾਏ ਹੋਏ ਆ ਮਤਲਬ ਬਾਹਰੋਂ ਉ ਮਤਲਬ ਸੋਹਣੇ ਲੱਗਦੇ ਸੀਗੇ ਆਲੀਸ਼ਾਨ ਇਮਾਰਤਾਂ ਉਹਨਾਂ ਵੇਲਿਆਂ ਦੀ ਇਹ ਦਰਸ਼ਕੋ ਵੀ ਜਦੋਂ ਨਿਰਮਾਣ ਦੀ ਗੱਲ ਆਉਂਦੀ ਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ 1599 ਈਸਵੀ ਦੇ ਵਿੱਚ ਹਰਮੰਦਰ ਸਾਹਿਬ ਦਾ ਵੀ ਨਿਰਮਾਣ ਕਰਾਇਆ ਸੀ ਜਿਹਦੀ ਨੀ ਸਾਈ ਮੀਆਂ ਮੀਰ ਜੀ ਨੇ ਰੱਖੀ ਸੀ ਇਹ ਵੱਡੀ ਗੱਲ ਆ ਆਪ ਸਿੱਖ ਭਾਈਚਾਰੇ ਨੂੰ ਸਮੰਧ ਰੱਖਦੇ ਸੀ ਤੇ ਨੀ ਇੱਕ ਮੁਸਲਮ ਭਾਈਚਾਰੇ ਤੋਂ ਰਖਾਈ ਇੱਥੋਂ ਕੀ ਪਤਾ ਲੱਗਦਾ ਮਤਲਬ ਆਪਸੀ ਸਦਭਾਵਨਾ ਦਾ ਪਤਾ ਲੱਗਦਾ ਵਾ ਤਕਰੀਬਨ 1590 ਦੇ ਵਿੱਚ ਹੀ ਸ੍ਰੀ ਤਰਨ ਤਰਨ ਸਾਹਿਬ ਦੀ ਵੀ ਨੀਂ ਰੱਖੀ ਗਈ ਸੀ ਤੇ 1594 ਦੇ ਵਿੱਚ ਕਰਤਾਰਪੁਰ ਸਾਹਿਬ ਦਾ ਵੀ ਨਿਰਮਾਣ ਕਰਾਇਆ ਸੀ ਤੇ ਉਸ ਤੋਂ ਬਾਅਦ ਫਿਰ ਜਦੋਂ ਹਰਗੋਬਿੰਦ ਸਾਹਿਬ ਪਾਸ਼ਾ ਜੀ ਪੈਦਾ ਹੋਏ ਜਨਮ ਹੋਇਆ ਉਹਨਾਂ ਦਾ ਤਾਂ ਉਹਨਾਂ ਦੀ ਖੁਸ਼ੀ ਦੇ ਵਿੱਚ 1595 ਦੇ ਇਰਦਗਿਰਦ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਵੀ ਨੀਂ ਰੱਖੀ ਸੀ ਮਤਲਬ ਉਹ ਸ਼ਹਿਰ ਦਾ ਹਰਗੋਬਿੰਦਪੁਰ ਸਾਹਿਬ ਦਾ ਵੀ ਨਿਰਮਾਣ ਕਰਾਇਆ ਸੀ ਗੁਰੂ ਸਾਹਿਬ ਨੇ ਤੇ ਇਸ ਤੋਂ ਵੱਡੀ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਮੰਨੀ ਜਾਂਦੀ ਆ ਜੋ ਗੁਰੂ ਅਰਜਨ ਸਾਹਿਬ ਜੀ ਨੇ ਕੀਤੀ ਉਹ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤਕਰੀਬਨ 1601 ਤੋਂ ਲੈ ਕੇ 4 ਦੇ ਦਰਮਿਆਨ 4 ਦੇ ਵਿੱਚ 1604 ਦੇ ਵਿੱਚ ਸ੍ਰੀ ਆਦ ਗ੍ਰੰਥ ਸਾਹਿਬ ਸੰਪੰਨ ਕੀਤਾ ਸੀ ਇਹਨੂੰ ਲਿਖਵਾਇਆ ਸੀਗਾ ਭਾਈ ਗੁਰਦਾਸ ਜੀ ਤੋਂ ਤਾਂ ਉਹ ਵੱਡੀ ਗੱਲ ਸੀ ਕਿਉਂ ਕਿ ਉਦੋਂ ਬਹੁਤ ਸਾਰੇ ਲੋਕ ਆਪ ਦੇ ਕੋਲੋਂ ਹੀ ਬਾਣੀ ਬਣਾ ਕੇ ਲੋਕਾਂ 'ਚ ਪ੍ਰਚਲਿਤ ਕਰ ਰਹੇ ਸੀ ਜਿਹਦਾ ਸਿੱਖ ਪੰਥ ਨੂੰ ਨੁਕਸਾਨ ਹੋ ਰਿਹਾ ਸੀ ਉਸ ਨਕਸਾਨ ਤੋਂ ਬਚਾਉਣ ਦੇ ਲਈ ਹੀ 1604 ਦੇ ਵਿੱਚ ਆਦ ਗ੍ਰੰਥ ਸਾਹਿਬ ਸੰਪੂਰਨ ਕੀਤਾ ਸੀ ਜ ਜਿਹਦੇ ਵਿੱਚ 15 ਭਗਤ 11 ਪੱਟ ਤੇ 4 ਗੁਰਸਿੱਖ ਸ਼ਾਮਲ ਸੀ ਆਦ ਗ੍ਰੰਥ ਸਾਹਿਬ ਕਿਉਂ ਕਹਿ ਰਹੇ ਕਿਉਂਕਿ ਉਹਨੂੰ ਗੁਰੂ ਦਾ ਦਰਜਾ ਬਾਅਦ ਦੇ ਵਿੱਚ 10ਵੇਂ ਪਾਤਸ਼ਾਹ ਜੀ ਵੇਲੇ ਦਿੱਤਾ ਗਿਆ ਸੀ ਜਦੋਂ 9ਵੇਂ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਕੀਤੀ ਗਈ ਸੀ ਇੱਕ ਵੱਡੀ ਪ੍ਰਾਪਤੀ ਸੀ ਇਸ ਕਰਕੇ ਜਿਵੇਂ ਇਸਲਾਮ ਦੇ ਕੋਲੇ ਆਪਣਾ ਕੁਰਾਨ ਸ਼ਰੀਫ ਆ ਤੇ ਹਿੰਦੂਇਜ਼ਮ ਦੇ ਕੋਲੇ ਆਪਣੇ ਧਾਰਮਿਕ ਗ੍ਰੰਥ ਨੇ ਉਸੇ ਤਰੀਕੇ ਨਾਲ ਸਿੱਖਾਂ ਕੋਲੇ ਵੀ ਇੱਕ ਆਪਣਾ ਧਾਰਮਿਕ ਗ੍ਰੰਥ ਹੋ ਗਿਆ ਸੀਗਾ ਤੇ ਜਿਨ੍ਹਾਂ ਦਾ ਪਹਿਲਾ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਕਿਹਾ ਜਾਂਦਾ ਵਾ ਵੱਡੀ ਉਮਰ ਦੇ ਵਿੱਚ ਸੀ ਕਿਹਾ ਜਾਂਦਾ ਵੀ 6 ਗੁਰੂ ਸਾਹਿਬਾਨ ਨੇ ਨੂੰ ਉਹਨਾਂ ਨੇ ਆਪਦੇ ਅੱਖੀਂ ਦੇਖਿਆ ਸੀਗਾ ਤੇ ਇਸ ਕਰਕੇ ਬਾਬਾ ਬੁੱਢਾ ਜੀ ਕਿਹਾ ਜਾਂਦਾ ਵੱਡੀ ਉਮਰ ਭੋਗੀ ਸੀ ਉਹਨਾਂ ਨੇ ਤੇ ਇਹ ਹੀ ਸਥਾਨ ਉਹਨਾਂ ਨਾਲ ਜੁੜਿਆ ਹੋਇਆ ਵਾ ਜਦੋਂ ਕਦੇ ਆਪਾਂ ਲਾਹੌਰ ਵਿੱਚ ਗਏ ਨਾ ਤਾਂ ਉੱਥੋਂ ਦੇ ਸਥਾਨ ਵੀ ਆਪਾਂ ਗੁਰੂ ਸਾਹਿਬ ਨਾਲ ਜੁੜੇ ਹੋਏ ਤੁਹਾਨੂੰ ਲਾਜ਼ਮੀ ਦਿਖਾਵਾਂਗੇ ਤੇ ਦੂਜੀ ਗੱਲ ਮੈਂ ਦੱਸ ਦਿਆਂ ਗੁਰੂ ਸਾਹਿਬ ਦਾ ਵਿਰੋਧ ਵੀ ਬਹੁਤ ਹੋਇਆ ਕੋਈ ਵਧੀਆ ਹਾਲਤ ਨਹੀਂ ਸੀ ਉਹਨਾਂ ਵੇਲਿਆਂ ਦੇ ਵਿੱਚ ਜਿੰਨਾ ਵੇਲਿਆਂ 'ਚ ਗੁਰੂ ਸਾਹਿਬ ਤਖਤ ਆਪਣਾ ਕਹਿ ਸਕਦੇ ਗੁਰਗੱਦੀ ਤੇ ਬੈਠੇ ਪ੍ਰਿਥੀ ਚੰਦ ਸਭ ਤੋਂ ਵੱਡਾ ਦਸ਼ਮਣ ਬਣਿਆ ਸੀਗਾ ਗੁਰੂ ਸਾਹਿਬ ਦਾ ਉਹ ਵਿਰੋਧ ਕਰਦਾ ਸੀ ਤੇ ਜਦੋਂ ਆਪਣਾ ਗੁਰੂ ਅਰਜਨ ਸਾਹਿਬ ਜੀ ਦੇ ਘਰ ਹਰਗੋਬਿੰਦ ਸਾਹਿਬ ਪੈਦਾ ਹੋ ਗਏ ਉਦੋਂ ਤਾਂ ਫਿਰ ਹੋਰ ਵੀ ਨਫ਼ਰਤ ਕਰਨ ਲੱਗ ਗਿਆ ਸੀ ਕਿਉਂਕਿ ਪ੍ਰਿਥੀ ਚੰਦਰ ਨੂੰ ਲੱਗਦਾ ਸੀਗਾ ਵੀ ਇਨ੍ਹਾਂ ਦੇ ਘਰੇ ਕਿਹੜਾ ਮੁੰਡਾ ਹੋਇਆ ਕੋਈ ਜਵਾਕ ਆ ਕਿਹਨੂੰ ਗੱਦੀ ਦੇਣਗੇ ਗੱਦੀ ਤਾਂ ਮੇਰੇ ਮੁੰਡੇ ਨੂੰ ਆ ਜਾਣੀ ਆ ਪਰ ਜਦੋਂ ਗੁਰੂ ਸਾਹਿਬ ਨੇ ਉਹਨਾਂ ਦੇ ਘਰੇ ਹਵਤਾ ਧਾਰ ਲਿਆ ਇਹਦੇ ਕਰਕੇ ਹੋਰ ਵੀ ਇੱਕ ਨਫ਼ਰਤ ਪੈਦਾ ਹੋ ਗਈ ਸੀ ਉਹਨਾਂ ਦੇ ਮਨ ਦੇ ਵਿੱਚ ਜਿਹਦੇ ਕਰਕੇ ਆਖਰ ਨੂੰ ਬਹੁਤ ਸਾਰੀਆਂ ਗੱਲਾਂ ਰਲ ਗਈਆਂ ਜਿਨ੍ਹਾਂ ਵਿੱਚ ਸ਼ੇਖ ਅਹਿਮਦ ਸਰਹੰਦੀ ਦਕੱਟੜ ਸੀਗਾ ਜਹਾਂਗੀਰ ਦਾਸ ਲੱਗਦਾ ਸੀਗਾ ਵੀ ਮੇਰਾ ਧਰਮ ਪਿੱਛੇ ਜਾ ਰਿਹਾ ਵੀ ਇਹ ਅੱਗੇ ਪਰਫੋਲੋ ਤੇ ਨਾ ਕਿਉਂ ਹੋ ਰਿਹਾ ਇਹ ਚਾਰ ਪੰਜ ਗੱਲਾਂ ਰਲ ਗਈਆਂ ਸੀ ਕਸਰੋ ਦੀ ਮਦਦ ਕੀਤੀ ਸੀ ਜਿਹਦੇ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸ੍ਰੀ ਗੁਰੂ ਅਰਜਨ ਸਾਹਿਬ ਪਾਸ਼ਾ ਦੀ ਸ਼ਹੀਦੀ ਵੀ ਹੋਈ ਸੀ ਤੇ ਜਿਹਦਾ ਕਰਕੇ ਉਹਨਾਂ ਨੂੰ ਇਸੇ ਕਰਕੇ ਉਹਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਵਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਹਰਗੋਮ ਸਾਹਿਬ ਜੀ ਨੂੰ ਸੁਨੇਹਾ ਪਈ ਜੈਸੀ ਭਾਈ ਮੀਰੀ ਪੀਰੀ ਦੀ ਨੀਤੀ ਅਪਣਾ ਇਹਦੇ ਨਾਲ ਧਾਰਮਿਕ ਦੇ ਨਾਲ ਨਾਲ ਰਾਸੀ ਤੌਰ ਤੇ ਵੀ ਤਕੜਾ ਹੋ ਤੇ ਇਸੇ ਤਰੀਕੇ ਦੇ ਨਾਲ ਫਿਰ 1606 ਈਸਵੀ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਸ਼ਾ ਜੀ ਸ਼ਹੀਦ ਹੋ ਗਏ ਸੀਗੇ ਦਰਸ਼ਕੋ ਗੁਰੂ ਅਰਜਨ ਸਾਹਿਬ ਪਾਸ਼ਾ ਬਾਣੀਕਾਰ ਤੇ ਚੰਗੇ ਸੰਪਾਦਕ ਸੀਗੇ ਜਿਨ੍ਹਾਂ ਨੇ ਇੱਕ ਮਹਾਨ ਰਚਨਾ ਲੈ ਕੇ ਸਾਨੂੰ ਦਿੱਤੀ। ਉਹਨਾਂ ਨੇ ਇੱਕ ਸੁਖਮਨੀ ਸਾਹਿਬ ਦੀ ਬਾਣੀ ਦੀ ਰਚਨਾ ਕੀਤੀ 52 ਅਖਰੀ 12ਵਾਂ ਮਤਲਬ ਕਿ ਇਹਨਾਂ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ 31 ਰਾਗਾਂ 'ਚ ਲਿਖਿਆ ਪਰ ਇਹਨਾਂ ਦੀ ਜਿਹੜੀ ਆਪਣੀ ਬਾਣੀ ਸੀ 30 ਰਾਗਾਂ ਦੇ ਵਿੱਚ ਸੀ। ਮਤਲਬ ਕਿ ਰਾਗਾਂ ਦੇ ਵਿੱਚ ਵੀ ਮਹਾਰਤ ਰੱਖਦੇ ਸੀਗੇ। ਜਿਹੜੀ ਇਹਨਾਂ ਦੀ ਭਾਸ਼ਾ ਸੀ ਫਾਰਸੀ, ਬ੍ਰਿਜੀ, ਹਿੰਦੀ, ਸੰਸਕ੍ਰਿਤ ਤੇ ਪੰਜਾਬੀ ਲਹਿੰਦੀ ਮੁਲਤਾਨੀ ਇਹ ਲਫ਼ਫ ਪਾਸ਼ਾ ਦੇ ਲਫ਼ਜ਼ਾਂ ਨੂੰ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਵਰਤਿਆ ਸਰਲਤਾ ਮਿਠਾਸ ਇਹਨਾਂ ਦੀ ਬਾਣੀ ਦਾ ਵੱਡਾ ਗਾਣਾ ਤੇ ਜਿਵੇਂ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਕਿ ਬਾਣੀ ਵੱਧ ਲਿਖਣਗੇ ਜਾਂ ਬਾਣੀ ਕਾ ਬੋਥਾ ਦਾ ਵਿਚਾਰ ਸੀ ਉਸੇ ਤਹਿਤ ਬਾਣੀ ਸਭ ਤੋਂ ਵੱਧ ਗੁਰੂ ਅਰਜਨ ਸਾਹਿਬ ਜੀ ਦੀ ਹੀ ਮਤਲਬ ਗੁਰੂ ਗ੍ਰੰਥ ਆਦਿ ਗ੍ਰੰਥ ਸਾਹਿਬ ਦੇ ਵਿੱਚ ਹੈਗੀ ਸੀ ਉਸ ਸਮੇਂ ਤੋਂ ਜੋ ਕਿ ਬਾਅਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਣਿਆ ਕਹਿ ਸਕਦੇ ਆ ਕਿ ਉਹਨਾਂ ਨੇ ਇਸ ਚੋਲਾ ਸ਼ਬਦ ਦੀ ਵੀ ਵਰਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀਤੀ ਸੀਗੀ ਤੇ ਉਸ ਸਮੇਂ ਦੇ ਜੋ ਭਗਤ ਹੁੰਦੇ ਸੀਗੇ ਜਿਵੇਂ ਸ਼ਾਹ ਹੁਸੈਨ ਭਗਤ ਕਾਨਾ ਜੀ ਸ਼ਜੋ ਜੀ ਤੇ ਪੀਲੂ ਉਹਨਾਂ ਦੀ ਬਾਣੀ ਵੀ ਮਗਾਈ ਸੀ ਦਿਖਾਓ ਭਾਈ ਕੀ ਆ ਤੁਹਾਡੇ ਕੋਲੇ ਪਰ ਉਹ ਬਾਣੀ ਗੁਰਬਾਣੀ ਦੇ ਮਤਲਬ ਢਾਂਚੇ ਦੇ ਹਿਸਾਬ ਨਾਲ ਉਹਨਾਂ ਦੇ ਅਨੁਸਾਰ ਨਹੀਂ ਸੀ ਇਸ ਕਰਕੇ ਉਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਗ੍ਹਾ ਨਹੀਂ ਸੀ ਮਿਲੀ ਉਸ ਸਮੇਂ ਦੇ ਜੋ ਸ਼ਜੋ ਜੀ ਹੁਣੇ ਸੀ ਉਹਨਾਂ ਦੀ ਬਾਣੀ ਨੂੰ ਮਤਲਬ ਪੀਲੂ ਵਰਗੇ ਸ਼ਾਇਰਾਂ ਨੂੰ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਥਾਂ ਨਹੀਂ ਸੀ ਮਿਲੇਗੀ ਦਰਸ਼ਿਕੋ ਜਦੋਂ ਆਦਿ ਗ੍ਰੰਥ ਸਭ ਲਿਖਿਆ ਗਿਆ ਨਾ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਕੰਨ ਪਰਨੇ ਸ਼ੁਰੂ ਕਰਤੇ ਅਕਬਰ ਦੇ ਭਾਈ ਕਿਦ ਇਹਨਾਂ ਨੇ ਬਾਣੀ ਇਸਲਾਮ ਦੇ ਖਿਲਾਫ ਲਿਖਤੀ ਆ ਇਹਦਾ ਇਤਰਾਜ ਫਿਰ ਜਦੋਂ ਅਕਬਰ ਕੋਲੇ ਗੱਲ ਪਹੁੰਚੀ ਉਹਨੇ ਸੋਚਿਆ ਭਾਈ ਸਾਨੂੰ ਦਿਖਾਓ ਤਾਂ ਸਹੀ ਬਾਣੀ ਵਿੱਚ ਤੁਸੀਂ ਲਿਖਿਆ ਕੀ ਆ ਤੇ ਉਸ ਤੋਂ ਬਾਅਦ ਵਿਦਵਾਨਾਂ ਨੇ ਇਧਰੋਂ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਭੇਜਿਆ ਵੀ ਅਕਬਰ ਕੋਲੇ ਵੀ ਜਾ ਕੇ ਦਿਖਾ ਕੇ ਉਹ ਵੀ ਬਣ ਚੁੱਕੀ ਲਿਖਿਆ ਉਸ ਤੋਂ ਬਾਅਦ ਜਦੋਂ ਬਾਣੀ ਅਕਬਰ ਨੂੰ ਸੁਣਾਈ ਗਈ ਤਾਂ ਅਕਬਰ ਖੁਦ ਬਹੁਤ ਖੁਸ਼ ਹੋਇਆ ਉਹਨੇ ਬਹੁਤ ਸਾਰੀਆਂ ਜੰਗੀਰਾਂ ਸਿੱਖ ਧਰਮ ਦੇ ਨਾਲ ਜਾਂ ਕਹਿ ਸਕਦੇ ਆ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਦਿੱਤੀਆਂ ਤੇ ਉਹਦੇ ਨਾਲ ਕੀ ਸੀ ਮਾਨਸਿਕੇ ਦੇ ਨਾਲ ਸਿੱਖ ਧਰਮ ਹੋਰ ਵੀ ਬਹੁਤ ਜ਼ਿਆਦਾ ਫੈਲ ਗਿਆ ਜਿਹੜਾ ਅਕਬਰ ਬਾਦਸ਼ਾਹ ਸੀ ਇਹ ਥੋੜਾ ਨਰਮ ਦਿਲ ਬਾਦਸ਼ਾਹ ਸੀ ਨੇ ਦੀਨ ਇਲਾਹੀ ਤੌਰ 'ਤੇ ਚਲਾਇਆ ਸੀ ਸਹਿਜ ਰੱਖਦਾ ਸੀ ਪਰ ਜਿਹੜਾ ਜਹਾਂਗੀਰ ਬਾਦਸ਼ਾਹ ਸੀ ਇਹ ਕਟੜ ਸੀ ਪਰ ਕੁਝ ਸਮਾਂ ਪਾ ਕੇ ਜਦੋਂ ਹਰਗੋਬਿੰਦ ਸਾਹਿਬ ਜੀ ਦਾ ਵੇਲਾ ਆਇਆ ਉਦੋਂ ਜਹਾਂਗੀਰ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਦੇ ਵਿੱਚ ਮਿੱਤਰਤਾ ਵੀ ਹੋ ਗਈ ਸੀ ਗਵਾਲੀਅਰ ਦੇ ਕਿਲੇ ਦੀ ਕੈਦ ਤੋਂ ਬਾਅਦ ਦੇ ਵਿੱਚ ਸੋ ਹੁਣ ਆਪਾਂ ਸਰਦਾਰ ਦਰਸ਼ਨ ਸਿੰਘ ਸੰਧੂ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ ਕਿਉਂਕਿ ਉਹ ਇੱਥੇ ਲੰਮਾ ਸਮਾਂ ਇਹਨਾਂ ਨੇ ਸੇਵਾ ਨਿਭਾਈ ਆ ਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਬੱਬਾ ਜੀ ਸਤਿ ਸ੍ਰੀ ਅਕਾਲ ਜੀ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਇਸ ਵਕਤ ਦਰਸ਼ਨ ਸਿੰਘ ਸੰਧੂ ਸਾਹਿਬ ਜੀ ਨੇ ਬਾਬਾ ਜੀ ਨੇ ਪੁਰਾਣੇ ਇਥੇ ਰਾਗੀ ਰਸਿੰਗ ਰਹੇ ਨੇ ਤੇ ਇਹਨਾਂ ਤੋਂ ਵੀ ਆਪਾਂ ਇਸ ਘਰ ਬਾਰੇ ਜਾਣਕਾਰੀ ਪੁੱਛਦੇ ਹਾਂ ਪਹਿਲਾਂ ਵੀ ਆਪਾਂ ਗੱਲਬਾਤ ਕੀਤੀ ਸੀ ਤੇ ਇਸ ਵਕਤ ਸਾਡੇ ਨਾਲ ਗੁਰਦੇਵ ਸਿੰਘ ਜੀ ਵੀ ਨਾਲ ਨੇ ਤੇ ਬਾਈ ਜੀ ਗੁਰਮੀਤ ਸਿੰਘ ਜੀ ਨਾਲ ਨੇ ਇਸ ਵਕਤ ਬੱਬਾ ਜੀ ਤੁਹਾਡੀ ਨਜ਼ਰ ਦੇ ਵਿੱਚ ਕਿੰਨਾ ਚਿਰ ਪੁਰਾਣਾਕਰ ਹੋ ਸਕਦਾ ਹੈ ਤੇ ਗੁਰੂ ਸਾਹਿਬ ਕਿੰਨਾ ਚਿਰ ਰਹੇ ਸੀ ਸਤਿਗੁਰੂ ਸਾਇਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਜੀ ਇਸ ਸਥਾਨ ਤੇ ਈਸਵੀ ਸੰਨ 1595 ਵਿੱਚ ਆਏ ਸੀ ਜੀ ਉਹਨਾਂ ਨੇ ਇਸ ਸਥਾਨ ਤੇ ਇਤਿਹਾਸਕਾਰਾਂ ਮੁਤਾਬਕ 2 ਸਾਲ 5 ਮਹੀਨੇ 13 ਦਿਨ ਹੂੰ ਇਥੋਂ ਦੇ ਬਜ਼ੁਰਗਾਂ ਦੇ ਮੁਤਾਬਕ ਹੂੰ ਤਕਰੀਬਨ 2.5 ਸਾਲ ਜੀ ਸਤਗੁਰਾਂ ਨੇ ਇਸ ਸਥਾਨ ਤੇ ਨਿਵਾਸ ਕੀਤਾ ਜੀ ਸਤਗੁਰਾਂ ਦੇ ਸਮੇਂ ਦੇ ਜਿਹੜੇ ਕੁਛੇ ਇਥੇ ਮੌਜੂਦ ਨੇ ਹੂੰ ਫਿਲਹਾਲ ਉਹਨਾਂ ਦੀ ਹਾਲਤ ਖਰਾ ਹਾਲਤ ਖਸਤਾ ਹੈ ਹੂੰ ਪਰੋ ਦਿਖਾਵੇ ਦੇ ਤੌਰ ਤੇ ਜਾਂ ਸਾਨੂੰ ਦਿਸਣ ਦੇ ਤੌਰ ਤੇ ਮੌਜੂਦ ਹੈ ਮੌਜੂਦਗੀ ਆਪਣੀ ਦਿਖਾਉਂਦੇ ਨੇ ਹੂੰ ਇਹ ਸਥਾਨ ਤੇ ਪਹਿਲਾਂ ਬਿਲਕੁਲ ਨੇੜੇ ਨੇੜੇ ਚਾਰ ਫੇਰੀ ਜੰਗਲ ਸੀ ਹੂੰ ਇੱਥੇ ਮਾਤਾ ਨੰਬਰਦਾਰਨੀ ਮਾਤਾ ਸੁਖਵੰਤ ਕੌਰ ਹੂੰ ਅਤੇ ਸਰਦਾਰ ਤਾਨ ਸਿੰਘ ਜੀ ਦਾ ਘਰ ਸੀ ਹੂੰ ਇਤਿਹਾਸ ਦੇ ਵਿੱਚ ਦੋ ਤਿੰਨ ਗੱਲਾਂ ਜਿਹੜੀਆਂ ਜ਼ਰੂਰੀ ਬਰਨਨ ਕਰਨ ਦੇ ਲਾਇਕ ਨੇ ਜੀ ਇਥੋਂ ਦੇ ਰਹਿਣ ਵਾਲੇ ਭਾਈ ਅਦਲੀ ਜੀ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਇੱਥੇ ਪਛਾਣ ਕੀਤੀ ਤੇ ਉਹ ਤੀਸਰੀ ਪਾਤਸ਼ਾਹ ਗੋਇੰਦਵਾਲ ਸਾਹਿਬ ਜਦੋਂ ਬੌਲੀ ਸਾਹਿਬ ਲਵਾਉਂਦੇ ਸੀ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਸਾਹਿਬ ਉਦੋਂ ਇਥੋਂ ਸੇਵਾ ਕਰਨ ਵਾਸਤੇ ਸੰਗਤ ਨੂੰ ਲੈ ਕੇ ਜਾਂਦੇ ਸੀ ਹੂੰ ਗੁਰੂ ਅਰਜਨ ਦੇਵ ਸਾਹਿਬ ਨਾਲ ਉਦੋਂ ਤੋਂ ਉਹਨਾਂ ਦੀ ਜਾਣ ਪਛਾਣ ਸੀ ਗੁਰੂ ਅਰਜਨ ਦੇਵ ਸਾਹਿਬ ਬਚਪਨ ਵਿੱਚ ਸੀ ਜੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਜਦੋਂ ਇੱਥੇ ਆਏ ਬਾਹਰ ਜਿੱਥੇ ਵੱਡਾ ਗੁਰਦੁਆਰਾ ਸਾਹਿਬ ਐਸੇ ਗੁਰਦੁਆਰਾ ਪਾਛੇ ਪੰਜਵੀਂ ਵੱਡਾ ਗੁਰਦੁਆਰਾ ਸਾਹਿਬ ਪਾਛੇ ਪੰਜਵੀਂ ਮੌਜੂਦ ਹੈ ਜੀ ਉਸ ਸਥਾਨ ਤੇ ਦਰਸਤ ਥੱਲੇ ਆ ਕੇ ਬੈਠੇ ਹਮ ਸਤਿਗੁਰਾਂ ਦੇ ਨਾਲ ਸੰਗਤ ਸੀ ਸੰਗਤ ਨੂੰ ਨਾਲ ਲੈ ਕੇ ਜਦੋਂ ਸਤਿਗੁਰੂ ਜੀ ਬੈਠੇ ਕੁਝ ਸ਼ਰਧਾਲੂ ਇਧਰੋਂ ਆਏ ਕੋਮ데요 ਫਿਰਦੇ ਉਹਨਾਂ ਨੇ ਦੇਖਿਆ ਕਿ ਸੰਗਤ ਆਈ ਹੈ ਉਹਨਾਂ ਨੇ ਸੰਗਤ ਨੂੰ ਪੁੱਛਿਆ ਕੌਣ ਆਏ ਹੂੰ ਸੰਗਤ ਨੇ ਦੱਸਿਆ ਕਿ ਸਤਿਗੁਰੂ ਸਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੀ ਪੰਜਵੀਂ ਜੋਤ ਹਨ ਹੂੰ ਉਹ ਇਸ ਸਥਾਨ ਤੇ ਆਏ ਨੇ ਜੀ ਉਥੋਂ ਸੰਗਤ ਨੇ ਆ ਕੇ ਸ਼ਰਧਾਲੂਆਂ ਨੇ ਮਾਤਾ ਨੰਬਰਦਾਰਨੀ ਨੂੰ ਅਤੇ ਚੌਧਰੀ ਦਾਨ ਸਿੰਘ ਜੀ ਉਹਨਾਂ ਨੂੰ ਆ ਕੇ ਦੱਸਿਆ ਹੂੰ ਮਾਤਾ ਨੰਬਰਦਾਰਨੀ ਜੀ ਹੂੰ ਤੇ ਚੌਧਰੀ ਦਾਨ ਸਿੰਘ ਸੰਗਤ ਨੂੰ ਲੈ ਕੇ ਬੁਰੂ ਸਾਹਿਬ ਦੀ ਸੇਵਾ ਵਿੱਚ ਪਹੁੰਚੇ ਜੀ ਉਹਨਾਂ ਨੇ ਆਪਣੇ ਹੱਥ ਵਿੱਚ ਇੱਕ ਵਰਤਨ ਫੜਿਆ ਸੀ ਜੀ ਜਿਹਨੂੰ ਉਸ ਦੇ ਮੌਕੇ ਤੇ ਨਾਂ ਤੇ ਛੰਨਾ ਵੀ ਕਿਹਾ ਜਾਂਦਾ ਸੀ ਹਮ ਬੜਾ ਵੱਡਾ ਸੀ ਉਹ ਜੀ ਉਹਦੇ ਵਿੱਚ ਚੂਰੀ ਦਾ ਪ੍ਰਸ਼ਾਦ ਪਾਇਆ ਸੀ ਮਿੱਠਾ ਬਣਾ ਕੇ ਹਮ ਜਿਹਦੇ ਵਿੱਚ ਗੁੜ ਜਿਹਨੂੰ ਕਿਹਾ ਜਾਂਦਾ ਉਹ ਹਮ ਘਿਓ ਰਾਲਾ ਕਚੂਰੀ ਬਣਾਈ ਗਈ ਸੀ ਜੀ ਉਹ ਟੱਕ ਕੇ ਪਾਂਡਾ ਜੀ ਸਤਗੁਰਾਂ ਦੀ ਹਾਜ਼ਰੀ ਵਿੱਚ ਪਹੁੰਚੇ ਹਮ ਤੇ ਸਤਗੁਰਾਂ ਨੇ ਜਦੋਂ ਭਾਂਡਾ ਆਪਣੀ ਹਾਜ਼ਰੀ ਵਿੱਚ ਆਇਆ ਦੇਖਿਆ ਉਹਦੇ ਉੱਪਰੋਂ ਵਸਤਰ ਚੁੱਕਿਆ ਕਹੇ ਮਾਤਾ ਇਹ ਤੁਸੀਂ ਕੀ ਚੋਲਾ ਬਣਾ ਲਿਆਂਦਾ ਚੋਲਾ ਨਾਮ ਚੰਗੀ ਚੀਜ਼ ਦਾ ਮਿੱਠੀ ਚੀਜ਼ ਦਾ ਜੀ ਇਸ ਕਰਕੇ ਉਹ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜਵਾਬਜੀ ਨੇ ਬਖਸ਼ਿਸ਼ ਕੀਤੀ ਉਹ ਲਿਆ ਕੇ ਬਣਾ ਕੇ ਤੁਹਾਡੀ ਸੇਵਾ 'ਚ ਹਾਜ਼ਰ ਕੀਤਾ ਜੀ ਸਤਿਗੁਰਾਂ ਨੇ ਕਿਹਾ ਵੀ ਇਹ ਪ੍ਰਸ਼ਾਦ ਸੰਗਤ ਵਿੱਚ ਵਰਤਾਓ ਹੂੰ ਪ੍ਰਸ਼ਾਦ ਵਰਤਾਇਆ ਸਤਿਗੁਰਾਂ ਨੇ ਪੁੱਛਿਆ ਵੀ ਇਸ ਨਗਰ ਦਾ ਨਾਮ ਕੀ ਹੈ ਕਿਹਾ ਜੀ ਇਸ ਨਗਰ ਦਾ ਨਾਮ ਭੈਣੀ ਹੈ ਜੀ ਇਹ ਪੈਣੀ ਦੀ ਹਾਲਤ ਬੜੀ ਤਰਸਜੋਗ ਹੈ ਜਿਹੜੇ ਚਾਰ ਸ਼ਹਿਰੇ ਦੇ ਪਿੰਡ ਉਹ ਤਕੜੇ ਹਨ ਜੀ ਇੱਥੋਂ ਦੇ ਰਹਿਣ ਵਾਲੇ ਲੋਕ ਜਿਹੜੇ ਆ ਉਹ ਮਜ਼ਰੂਮ ਹਮ ਅਤੇ ਮਾੜੇ ਹਾਲਤ ਵਿੱਚ ਜੀ ਗਰੀਬੀ ਹਾਲਤ ਹੈ ਜੀ ਸਤਿਗੁਰਾਂ ਨੇ ਕਿਹਾ ਕੋਈ ਗੱਲ ਨਹੀਂ ਇਹ ਪਿੰਡ ਦਾ ਨਾਮ ਅੱਜ ਤੋਂ ਚੋਲਾ ਸਾਹਿਬ ਹੋ ਗਿਆ ਜੀ ਤੁਸੀਂ ਪੈਣੀ ਨਹੀਂ ਕਹਿਣਾ ਹਮ ਨੰਬਰਦਾਰਾਂ ਨੂੰ ਹੌਲੀ ਹੌਲੀ ਕਿਸੇ ਨੇ ਦੱਸਿਆ ਉਹਨਾਂ ਨੇ ਆ ਕੇ ਸ਼ੰਕਾ ਪ੍ਰਗਟ ਕੀਤੀ ਸੱਚੇ ਪਾਤਸ਼ਾਹ ਅਸੀਂ ਪੱਟੀ ਮਾਮਲਾ ਤਰਨ ਜਾਣੇ ਆ ਜਿਹੜਾ ਮਾਲੀਆ ਤਰਦਾ ਉੱਥੇ ਸਾਨੂੰ ਭੈਣੀ ਦੇ ਨਾਂ ਤੇ ਆਵਾਜ਼ ਵਜਦੀ ਏ ਚੋਲੇ ਦੇ ਨਾਂ ਤੇ ਆਵਾਜ਼ ਨਹੀਂ ਵੱਜਣੀ ਕਿਵੇਂ ਹੋਊਗਾ ਜੀ ਗੁਰੂ ਨਾਨਕ ਸਾਹਿਬ ਨੇ ਗੁਰੂ ਅਰਜਨ ਦੇਵ ਸਾਹਿਬ ਨੇ ਹੱਥ ਕੇ ਗੱਲ ਕਹੀ ਕਹਿੰਦੇ ਜਿਨ੍ਹਾਂ ਨੇ ਰੀਟੇ ਮਿੱਟੇ ਕਰ ਦਿੱਤੇ ਪੱਥਰਾਂ ਵਿੱਚ ਪੰਜੇ ਲਾ ਦਿੱਤੇ ਉਹ ਆਪਣੇ ਨਾਮ ਦੀ ਇਸ ਨਗਰ ਦੀ ਨਾਮ ਦੀ ਤਬਦੀਲੀ ਵੀ ਕਾਗਜ਼ਾਤ ਕਰ ਦੇਣਗੇ ਉਹਨਾਂ ਦੀ ਬਖਸ਼ਿਸ਼ ਨਾਲ ਇਸ ਨਗਰ ਦਾ ਨਾਮ ਕਾਗਜ਼ਾਂ ਵਿੱਚ ਆਪਣੇ ਆਪ ਹੀ ਤਬਦੀਲ ਹੋਇਆ ਜੀ ਜਦੋਂ ਪੱਟੀ ਦੇ ਹਾਕਮਾਂ ਨੇ ਕਿਹਾ ਵੀ ਤੁਸੀਂ ਨੰਬਰਦਾਰਾਂ ਨੂੰ ਤੁਸੀਂ ਮਾਮਲਾ ਨਹੀਂ ਦਿੰਦੇ ਹਾਂ ਉਹਨਾਂ ਨੇ ਕਿਹਾ ਸਾਨੂੰ ਆਵਾਜ਼ ਨਹੀਂ ਵੱਜੀ ਹਾਂ ਕਿਹਾ ਸਾਨੂੰ ਪਤਾ ਹੈ ਤੁਸੀਂ ਭੈਣੀ ਦੇ ਰਹਿਣ ਵਾਲੇ ਹੋ ਜੀ ਤੁਸੀਂ ਮਾਮਲਾ ਤਾਂ ਰੋਕਿਆ ਜੀ ਨਹੀਂ ਅਸੀਂ ਚੋਲਾ ਸਾਹਿਬ ਦੇ ਰਹਿਣ ਵਾਲੇ ਜੀ ਉਹਨਾਂ ਨੇ ਜਦੋਂ ਵੇਖਿਆ ਕਾਗਜ਼ਾਂ ਵਿੱਚ ਭੈਣੀ ਦਾ ਨਾਮ ਬਿਲਕੁਲ ਮੌਜੂਦ ਨਹੀਂ ਸੀ ਚੋਲਾ ਸਾਹਿਬ ਆਪਣੇ ਆਪ ਦਰਜ ਹੋਇਆ ਉਦੋਂ ਤੇ ਚੋਲਾ ਸਾਹਿਬ ਨਾਂ ਨਗਰ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਦੀ ਬਖਸ਼ਿਸ਼ ਨਾਲ ਪ੍ਰਸਿੱਧ ਹੋ ਗਿਆ ਜੀ ਇਸ ਸਥਾਨ ਤੇ ਸਤਿਗੁਰੂ ਜੀ ਜਦੋਂ ਆਏ ਜੀ ਪਹਿਲਾਂ ਸਿਹਾਲੀ ਆ ਕੇ ਰੁਕੇ ਸਤਿਗੁਰੂ ਜੀ ਉੱਥੇ ਆ ਕੇ ਬੈਠੇ ਜੀ ਬਾਹਰ ਜਿੱਥੇ ਅੱਜ ਚਵੱਜਾ ਸਾਹਿਬ ਗੁਰਦੁਆਰਾ ਸਾਹਿਬ ਮੌਜੂਦ ਹੈ ਹੂੰ ਉਸ ਸਥਾਨ ਤੇ ਬੈਠੇ ਆ ਸੰਗਤ ਨੇ ਵੇਖਿਆ ਕਿ ਉੱਥੋਂ ਦੇ ਰਹਿਣ ਵਾਲੇ ਯੋਗੀ ਜਿਹੜੇ ਸੀਗੇ ਜੀ ਉਹ ਗੁਰੂ ਸਾਹਿਬ ਨੂੰ ਦੇਖ ਕੇ ਬਰਦਾਸ਼ਤ ਨਾ ਕਰ ਸਕੇ ਜੀ ਉਹਨਾਂ ਨੇ ਕੁਝ ਜਿਹੜੇ ਉੱਥੋਂ ਦੇ ਆਗੂ ਸੀ ਉਹਨਾਂ ਨੂੰ ਸੱਦਿਆ ਸੱਦ ਕੇ ਕਿਹਾ ਵੀ ਗੁਰੂ ਅਰਜਨ ਦੇਵ ਸਾਹਿਬ ਇੱਥੇ ਆ ਕੇ ਬੈਠ ਗਏ ਨੇ ਇਹ ਹਮੇਸ਼ਾ ਵਾਸਤੇ ਇਸ ਰਸਤੇ ਇੱਥੇ ਰਹਿਣ ਲੱਗ ਜਾਣਗੇ ਹਮ ਇਹਨਾਂ ਨੂੰ ਇੱਥੇ ਰਹਿਣ ਨਾ ਦਿੱਤਾ ਜਾਵੇ ਜੀ ਚਲੋ ਆਗੂਆਂ ਨੇ ਵੀ ਕੋਈ ਨਾ ਕੋਈ ਬਹਾਨਾ ਬਣਾਇਆ ਕੁਦਰਤੀ ਇੱਥੇ ਨਹੀਂ ਨਹੀਂ ਪਿਆ ਜੀ ਉਨਰਣ ਆ ਕੇ ਸਤਗੁਰਾਂ ਦੀ ਸੇਵਾ ਚ ਬੇਨਤੀ ਕੀਤੀ ਸਤਗੁਰੂ ਜੀ ਕਿਰਪਾ ਕਰੋ ਸੋਕਾ ਪਿਆ ਮੀਂਹ ਪੈ ਜੇ ਤੇ ਸਾਨੂੰ ਜਿਹੜੀ ਹਾਕ ਜਿਹੜੀ ਸਾਡੀ ਖੇਤੀ ਹੈ ਉਹ ਮੀਂਹ ਤੇ ਨਿਰਭਰ ਹੈ ਜੀ ਸਤਗੁਰੂ ਜੀ ਕਹਿਣ ਲਗੇ ਗੁਰੂ ਨਾਨਕ ਸਾਹਿਬ ਅਗੇ ਅਰਦਾਸ ਬੇਨਤੀ ਕਰੋ ਉਹ ਬਖਸ਼ਿਸ਼ ਕਰਨਗੇ ਤੇ ਮੀਂਹ ਪਊਗਾ ਜੀ ਉਹ ਜੋ ਉਹ ਜਦੋਂ ਮੀਂਹ ਨਾ ਥੋੜਾ ਜਿਹਾ ਚਰਨਾ ਪਿਆ ਸਾਡੇ ਬੰਦੇ ਕਾਲੇ ਪਏ ਜੋਗੀਆਂ ਕੋਲੇ ਚਲੇ ਗਏ ਜੀ ਤੇ ਉਹਨਾਂ ਨੇ ਜੋਗੀਆਂ ਨੇ ਕਿਹਾ ਵੀ ਜੇ ਗੁਰੂ ਅਰਜਨ ਦੇਵ ਸਾਹਿਬ ਇਹ ਨਹੀਂ ਪਉਂਦੇ ਤੁਸੀਂ ਉਹਨਾਂ ਨੂੰ ਇੱਥੇ ਘਲਾ ਦਿਓ ਆਪੇ ਮੀਂਹ ਪੈ ਜਾ ਹਮ ਪਰ ਗੁਰੂ ਅਰਜਨ ਦੇਵ ਸਾਹਿਬ ਨੂੰ ਜਦੋਂ ਉਹਨਾਂ ਨੇ ਆਖਿਆ ਵੀ ਸਤਿਗੁਰੂ ਜੀ ਇੱਥੇ ਮੀਂਹ ਨਹੀਂ ਪੈਂਦਾ ਜਦੋਂ ਤੁਸੀਂ ਮੀਂਹ ਪਾਓ ਜਾਂ ਚਲੇ ਜਾਓ ਹਮ ਸਤਿਗੁਰੂ ਜੀ ਚੁੱਪ ਕਰਕੇ ਸ਼ਾਂਤੀ ਦੇ ਸਮੁੰਦਰ ਉੱਥੇ ਆਏ ਹਮ ਤੇ ਆ ਕੇ ਇੱਥੇ ਚੋਲਾ ਸਾਹਿਬ ਵਿੱਚ ਨਿਵਾਸ ਉਹਨਾਂ ਨੇ ਕੀਤਾ ਜੀ ਇਸ ਸਥਾਨ ਤੇ ਇੱਕ ਖੂਹ ਵੀ ਮੌਜੂਦ ਹੈ ਜੀ ਜੀ ਦੀ ਹਾਲਤ ਐ ਇਸ ਵੇਲੇ ਖਸਤਾ ਐ ਇਸ ਵੇਲੇ ਪ੍ਰੋਬਲਮ ਪਾਣੀ ਕਿਉਂਕਿ ਧਰਤੀ ਦੇ ਵਿੱਚ ਨੀਵਾ ਜਾਣ ਕਰਕੇ ਜੀ ਉਹ ਹੁਣ ਨਹੀਂ ਹੈ ਜੀ ਦਾਸ ਨੇ ਸਨ 70 ਵਿੱਚ ਇੱਥੇ ਆ ਕੇ ਸੇਵਾ ਜਦੋਂ ਸੰਭਾਲੀ ਕੀਰਤਨ ਕਰਨ ਦੀ ਜੀ ਉਦੋਂ ਇੱਥੇ ਪਾਣੀ ਮੌਜੂਦ ਸੀ ਜੀ ਦਾਸ ਨੇ ਇਸ਼ਨਾਨ ਵੀ ਕੀਤੇ ਨੇ ਜੀ ਤੇ ਦਾਸ ਨੇ ਇਸ ਇੱਥੇ ਲੰਗਰ ਦਾ ਪ੍ਰਬੰਧ ਸੀ ਉਦੋਂ ਜੀ 2001 ਚ ਲੰਗਰ ਦਾ ਪ੍ਰਬੰਧ ਜਿਹੜਾ ਵੱਡੇ ਗੁਰਦੁਆਰਾ ਸਾਹਿਬ ਪਾਤਸ਼ੇ ਪੰਜਵੀਂ ਵਿੱਚ ਗਿਆ ਹੈ ਜੀ ਉਸ ਤੋਂ ਪਹਿਲਾਂ ਇੱਥੇ ਪ੍ਰਬੰਧ ਲੰਗਰ ਦਾ ਇੱਥੇ ਸੀ ਇੱਕ ਜੀ ਬੱਬਾ ਜੀ ਹੋਰ ਗੱਲ ਦੱਸੋ ਮਤਲਬ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਇੱਥੇ ਇਸ ਘਰ ਚ ਆਏ ਨੇ ਹਨਾ ਪੈਰ ਪਾਏ ਨੇ ਤੇ ਖੂਹ ਦਾ ਪਾਣੀ ਪੀਤਾ ਜਾਂ ਇਸ਼ਨਾਨ ਕੀਤਾ ਉਹਨਾਂ ਨੇ ਵੀ ਇਹ ਕਹਿ ਸਕਦੇ ਆਪਾਂ ਜੀ ਜੀ ਇੱਥੇ ਅਹਲਾਚ ਚਵਤੇ ਮੌਜੂਦ ਸੀਗੇ ਜੀ ਜਿਹੜੇ ਹੁਣ ਇਸ ਵੇਲੇ ਢਾਟੋਈ ਦੇ ਵਿੱਚ ਖਾਸ ਤਾ ਹਾਲਤ ਵਿੱਚ ਤਬਦੀਲ ਹੋ ਗਿਆ ਸਭ ਕੁਝ ਹਾਂ ਆ ਥੜਾ ਹਾਲੇ ਵੀ ਬਣਿਆ ਦਿਸਦਾ ਜਿਹੜਾ ਉੱਪਰ ਛੱਤਿਆ ਸੀ ਜੀ ਤੇ ਇਸ ਦੇ ਵਿੱਚ ਇੱਕ ਨਲਕਾ ਲੱਗਾ ਹੁੰਦਾ ਸੀ ਜਿਹੜਾ ਗੁਰੂ ਅਰਜਨ ਦੇਵ ਸਾਹੂ ਤੋਂ ਜਾਣ ਤੋਂ ਬਾਅਦ ਹਮ ਇੱਥੇ ਲੱਗਾ ਇੱਥੇ ਪੌਣੀਆਂ ਚਲਦੀਆਂ ਸੀ ਦੋ ਜੀ ਇੱਕ ਅੰਦਰ ਸੀ ਇੱਕ ਬਾਹਰ ਸੀ ਹਮ ਬਾਹਰਲੇ ਚ ਬੱਚਿਆਂ ਵਿੱਚ ਪਾਣੀ ਪਾਇਆ ਜਾਂਦਾ ਸੀ ਹਮ ਤੇ ਅੰਦਰ ਲੰਗਰ ਦੇ ਵਿੱਚ ਜਿਹੜਾ ਪਾਣੀ ਵਰਤਣ ਵਾਸਤੇ ਲਿਆ ਜਾਂਦਾ ਸੀ ਆਪਣੀ ਜਲਪਾਣੀ ਵਾਸਤੇ ਪ੍ਰਸ਼ਾਦਾ ਛਕਾਉਣ ਵਾਸਤੇ ਜੀ ਜਲਪਾਣੀ ਜਿਹੜਾ ਰਸਣ ਬਣਦਾ ਸੀ ਉਹਨੂੰ ਬਣਾਉਣ ਵਾਸਤੇ ਜੀ ਇਤੋਂ ਦਾ ਜਿਹੜਾ ਸਿਸਟਮ ਇਹ ਸੀਗਾ ਸੰਗਤ ਇੱਥੇ ਲੰਗਰ ਦੇ ਵਿੱਚ ਪ੍ਰਸ਼ਾਦਾ ਆ ਕੇ ਛਕਦੀ ਸੀ ਜੀ ਬਾਕੀ ਆਹ ਜਿਹੜਾ ਗੁਰਦੁਆਰਾ ਸਾਹਿਬ ਦੇ ਆਪਾਂ ਡੇਰੇ ਦੇ ਵਿੱਚ ਬੈਠੇ ਆ ਜੀ ਇੱਥੇ ਗੁਰੂ ਅਰਜਨ ਦੇਵ ਸਾਹਿਬ ਆ ਕੇ ਨਿਵਾਸ ਕੀਤਾ ਇੱਥੇ ਇਸ਼ਨਾਨ ਪਾਣੀ ਸੀ ਜੀ ਆਹ ਜਿੱਥੇ ਤਰਵਾਰ ਸਾਹਿਬ ਬਣਿਆ ਜੀ ਇੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਸਮੇਤ ਪਰਿਵਾਰ ਹਮ ਆ ਕੇ ਨਿਵਾਸ ਕੀਤਾ ਉਹਨਾਂ ਨੇ ਇੱਥੇ ਆਰਾਮ ਕਰਦੇ ਸੀ ਜੀ ਮਾਤਾ ਗੰਗਾ ਜੀ ਹਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਜੀ ਤਕਰੀਬਨ 2 ਸਾਲ ਦੀ ਸੀ ਮਾਤਾ ਜੀ ਗੋਲ ਵਿੱਚ ਜੀ ਜਦੋਂ ਗੁਰੂ ਅਰਜਨ ਦੇਵ ਸਾਹਿਬ ਇੱਥੇ ਆਏ ਇਹ ਸੋਚਾ ਵੀ ਨਵੇਂ ਪਾਸ਼ਾ ਵੀ ਆਇਆ ਕਿਸੇ ਸਮੇ ਸਤਿਗੁਰੂ ਨਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਮ ਆਏ ਹੈ ਉਹ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਾਦੀ ਹੋਣ ਤੋਂ ਬਾਅਦ ਹਮ ਜਦੋਂ ਗੁਰੂ ਅਰਜਨ ਦੇਵ ਸਾਹਿਬ ਆਏ ਇਸ ਸਥਾਨ ਦੀ ਯਾਤਰਾ ਕਰਨ ਵਾਸਤੇ ਆਏ ਹੈ ਜੀ ਗੋਇੰਦਵਾਲ ਸਾਹਿਬ ਨੂੰ ਗਏ ਹੈ ਹਮ ਤੇ ਉਦੋਂ ਇੱਥੇ ਆ ਕੇ ਨਵਾਸ ਉਹਨਾਂ ਨੇ ਕੀਤਾ ਇਸ ਜਗ੍ਹਾ ਤੇ ਵੀ ਆਏ ਐ ਤੇ ਬਾਹਰ ਜਿੱਥੇ ਗੁਰਦੁਆਰਾ ਬਡਾ ਸਾਹਿਬ ਗੁਰਦੁਆਰਾ ਬਣਿਆ ਹਮ ਬਡਾ ਗੁਰਦੁਆਰਾ ਸਾਹਿਬ ਉੱਥੇ ਆ ਕੇ ਵੀ ਗੁਰੂ ਸਾਹਿਬ ਨੇ ਉਸ ਸਥਾਨ ਦੇ ਦਰਸ਼ਨ ਕੀਤੇ ਐ ਉਹਨਾਂ ਦੀ ਯਾਦ ਵਿੱਚ ਬੁੰਗਾ ਵੀ ਬਣਿਆ ਸੀ ਪਹਿਲਾਂ ਪ੍ਰਾਤਨ ਜੀ ਉਹ ਐਸ ਵੇਲੇ ਬੁੰਗਾ ਸਾਹਿਬ ਦੀ ਜਿਹੜੀ ਇਮਾਰਤ ਹੈ ਮੌਜੂਦ ਨਹੀਂ ਜੀ ਦਾਸ ਉਹ ਸਮਾਰਤ ਵਿੱਚ ਆ ਕੇ ਰਿਹਾ ਹੈ ਦਾਸ ਨੇ ਵੀ ਤਕਰੀਬਨ 3 2 ਸਾਲ ਉਸ ਬੁੰਗੇ ਦੇ ਵਿੱਚ ਗੁਜ਼ਾਰੇ ਇੱਕ ਬਾਬਾ ਜੀ ਦੱਸੋ ਉਹਨਾਂ ਵਿਲਾਂਚ ਤਾਂ ਕਰ ਕੱਚੇ ਹੋਣਗੇ ਜ਼ਿਆਦਾਤਰ ਹਨਾ ਹੁਣ ਇਹਦੇ ਵਿੱਚ ਐਟ ਲੱਗੀ ਹੈ ਛੋਟੀ ਐਟਾ ਇਹਦਾ ਦੁਵਾਰੇ ਨਿਰਮਾਣ ਕਦੋਂ ਹੋਇਆ ਹੋਇਆ ਇਹ 1808 ਵਿੱਚ ਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਟਾਈਮ ਤੇ ਇਹ ਇਮਾਰਤ ਜਿਹੜੀ ਹੈ ਬਣਨੀ ਸ਼ੁਰੂ ਹੋਈ ਹੈ ਹਮ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਰਾਜ ਜਿਹੜਾ ਹੈ 1801 ਵਿੱਚ ਤਕਰੀਬਨ ਆਇਆ ਜੀ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਇਸ ਇਮਾਰਤ ਦੇ ਬਣਾਉਣ ਵਿੱਚ ਬੜਾ ਵੱਡਾ ਹਿੱਸਾ ਪਾਇਆ ਸੀ ਜੀ ਸੌਣ ਦੇ ਵਿੱਚ ਇਹ ਆਈ ਹੈ ਬੇੜੇ ਇੱਥੇ ਆਵੇ ਬਣੇ ਸੀ ਉਹਦੀ ਜਿਹੜੀ ਸੇਵਾ ਸੰਭਾਲ ਸੀਗੀ ਜੀ ਉਹ ਮਹਾਰਾਜ ਜਨਜੀਤ ਸਿੰਘ ਦੀ ਜਿਹੜੀ ਜਿਹੜੇ ਕਾਰਕੁਨ ਸੀ ਉਹ ਕਰਦੇ ਸੀ ਸੇਵਾ ਵੀ ਨਾਲ ਕਰਵਾਈ ਉਹਨਾਂ ਨੇ ਜੀ ਸੇਵਾ ਰਾਂਭ ਇਥੇ ਇਸ ਤਰ੍ਹਾਂ ਹੋਈ ਸੀ ਵੀ ਜਿਹੜੇ ਸੰਗਤ ਇਥੋਂ ਨਗਾਣਾ ਸਾਹਿਬ ਗਈ ਸੀ ਦਰਸ਼ਨ ਕਰਨ ਵਾਸਤੇ ਜੀ ਉਹਨਾਂ ਨੇ ਉੱਥੋਂ ਦੇ ਸੰਤਾਂ ਨਾਲ ਗੱਲ ਕੀਤੀ ਵੀ ਤੁਸੀਂ ਸਾਨੂੰ ਕੋਈ ਸੰਤ ਦਿਓ ਹੂੰ ਜਿਹੜਾ ਉੱਥੇ ਸੇਵਾ ਕਰੇ ਹੂੰ ਮਹਾਂਤ ਸਾਰਮਖਦਾਸ ਜੀ ਜਾਂ ਅਸੀਂ ਸੰਤ ਸਾਰਮਖਦਾਸ ਜੀ ਉਹ ਆ ਇੱਥੇ ਹੂੰ ਉਹਨਾਂ ਨੇ ਇੱਥੇ ਸੇਵਾ ਦਾ ਆਰੰਭ ਕੀਤਾ ਸੀ ਜੀ ਠੀਕ ਆ ਜਿਹੜੀ ਕਰਦੀ ਸੇਵਾ ਪ੍ਰਾਣੀ ਹਟ ਦੀ ਜੀ ਨਾਨਕਸ਼ਹੀ ਹਟ ਦੀ ਜੀ ਤੇ ਗੁਰੂ ਕੋਕੋਟੜੀ ਦੀ ਇਮਾਰਤ ਜਿਹੜੀ ਸੀ ਜੀ ਉਦੀ ਉਹਨਾਂ ਨੇ ਕਰਵਾਈ ਸੀ ਥੋੜੀ ਜਿਹੀ ਇਮਾਰਤ ਫਿਰ ਬਾਅਦ ਚ ਟਹਿ ਗਈ ਸੀ ਹਮ ਮਾਂ ਤਾਂ ਇੱਕ ਗੋਇੰਦਵਾਲ ਸਾਹਿਬ ਦੀ ਸੀ ਜੀ ਇਹ ਗੁਰੂ ਕੋਠੜੀ ਸਾਹਿਬ ਦੀ ਫਿਰ ਸੇਵਾ ਇਹਨਾਂ ਨੇ ਕਰਵਾਈ ਸੀ ਉਹ ਗੁਰਦਾਰਾ ਸਾਹਿਬ ਮੈਂ ਦੇਖਿਆ ਦਾਸ ਨਹੀਂ ਜੀ 10 ਵਜੇ 10 ਦਾ ਕਮਰਾ ਸੀ ਉਹ ਜੀ ਇਹ ਬਾਅਦ ਵਿੱਚ ਸੇਵਾ ਜਿਹੜੀ ਹੈ ਹਮ ਮਤਲਬ ਸੰਤਾਂ ਨੇ ਲਈ ਜੀ ਤੇ ਉਹ ਸ਼ਰੋਮੀ ਕਮੇਟੀ ਨੇ ਇਹਨਾਂ ਨੂੰ ਸੇਵਾ ਦਿੱਤੀ ਸੀ ਉਹ ਇੱਥੇ ਬਾਅਦ ਚ ਦਰਬਾਰ ਸਾਹਿਬ ਦਾ ਵੱਡਾ ਬਣਿਆ ਜੀ ਮਤਲਬ ਕਹਿ ਸਕਦੇ ਕਿਸੇ ਸਮੇਂ ਕੱਚਾ ਹੁੰਦਾ ਸੀ ਤੇ ਜਿਹੜੀ ਆ ਨਵੀਂ ਇਮਾਰਤ ਜੋ ਇਸ ਵਕਤ ਵੀ ਪੁਰਾਣੀ ਹੋ ਚੁੱਕੀ ਐ ਇਹ ਮਹਾਰਾਜਾ ਰਜੀਤ ਸਿੰਘ ਦੇ ਵੇਲੇ ਬਣੀ। ਵੇਲੇ ਬਣੀ ਹਾਂਜੀ। ਤੇ ਜਿਹੜਾ ਖੂਹ ਆ ਇਹ ਸਾਹਿਬ ਵੇਲੇ ਦਾ ਹੀ ਹੈ, ਗੁਰੂ ਸਾਹਿਬ ਵੇਲੇ ਦਾ ਹੀ ਹੈ। ਹਾਂਜੀ ਗੁਰੂ ਸਾਹਿਬ ਵੇਲੇ ਦਾ ਹੈ। ਜੀ। ਇਹ ਮਾਤਾ ਨੰਬਰਦਾਰੀ ਦਾ ਘਰ ਹੋਣ ਦੇ ਨਾਤੇ ਉਹਦੋਂ ਖੂਹ ਇੱਥੇ ਬਣੀ ਸੀ। ਜੀ ਇੱਕ ਮੈਨੂੰ ਹੋਰ ਗੱਲ ਦੱਸ ਦਿਓ ਜੋ ਆਪਣੇ ਦਰਸ਼ਕਾਂ ਦੇ ਮਨਾਂ 'ਚ ਵੀ ਖਿਆਲ ਆਊਗਾ। ਇੱਕ ਸੁਖਵੰਤ ਕੋਰਪੋਰਲ ਅਫਸਰ ਬਲੇ ਕੋਰ ਕੋਰ ਸ਼ਬਦ ਦੀ ਤੁਸੀਂ ਵਰਤੋਂ ਕੀਤੀ ਹੈ ਨਾ। ਇੱਕ ਦਾਨ ਸਿੰਘ ਤੋ ਉਹਨਾਂ ਨੇ ਸਵਾਲ ਹੋਊਗਾ ਵੀ ਖਾਲਸਾ ਪੰਥ 1699 ਚ ਸੱਜਿਆ ਗਿਆ ਵੀ ਉਹ ਸ਼ਾਇਦ ਹੋ ਸਕਦਾ ਪਲੇਖੇ ਨਾਲ ਕਿਹਾ ਗਿਆ ਤੁਹਾਨੂੰ ਨਹੀਂ ਹਾਂ ਕਿ ਸਿੰਘ ਸੀਗਾ ਨਾ ਨਾਲ ਲਫ਼ਜ਼ ਉਹਦੋਂ ਦੇਖੋ ਹੂੰ ਸਿੰਘ ਲਫ਼ਜ਼ ਹੈਗਾ ਸੀ ਜੀ ਪਰ ਆਮ ਤੌਰ ਤੇ ਜਿਹੜੇ ਅਨਪੜ੍ਹ ਬੰਦੇ ਐ ਇਹਨਾਂ ਨੂੰ ਲਫ਼ਜ਼ ਲਾਇਆ ਨਾ ਆਗਿਆ ਨਹੀਂ ਸੀ ਹੂੰ ਜੇ ਹੁਣ ਸਹੀ ਸੋਚੀਏ ਹੂੰ ਰਾਜਾ ਮਾਨ ਸਿੰਘ ਹਿੰਦੂਇਜ਼ਮ ਦੇ ਵਿੱਚ ਜੀ ਹਿੰਦੂਇਜ਼ਮ ਦੇ ਵਿੱਚ ਆਉਂਦਾ ਹੂੰ ਸਹੀ ਆ ਜਿਨੂ ਸਵਾ ਸਵਾਇ ਸਵਾਈ ਮਾਨ ਸਿੰਘ ਵੀ ਕਹਿੰਦੇ ਜੀ ਉਹਦੇ ਨਾਲ ਤੇ ਸਿੰਘ ਲੱਗਦਾ ਸੀ ਰਾਜਪੂਤ ਰਾਜੇ ਕਿਹਸਾ ਰਾਜਪੂਤ ਰਾਜੇ ਆਪਣੇ ਆਪ ਨੂੰ ਸਿੰਘ ਸਤਾਉਂਦੇ ਸੀ ਹੂੰ ਉਹਨਾਂ ਦੀ ਰੀਸ ਨਾਲ ਕੁਝ ਬੰਦੇ ਜਿਹੜੇ ਉਦੋਂ ਵੀ ਸਿੰਘ ਸਤਾਉਂਦੇ ਸੀ ਗੁਰੂ ਦਸਵੇਂ ਪਾਤਸ਼ਾਹ ਨੇ ਸਾਰਿਆਂ ਨੂੰ ਸਿੰਘ ਸਦਾਉਣ ਦਾ ਹੁਕਮ ਕੀਤਾ ਸੀ ਹੂੰ ਨਾਮ ਦੇ ਨਾਲ ਸਿੰਘ ਲਾਉਣ ਦਾ ਹੁਕਮ ਕੀਤਾ ਸੀ ਜੀ ਤੇ ਇਹੋ ਵਜ੍ਹਾ ਸੀ ਅਮਰਤ ਛਕਾ ਕੇ ਨਾਮ ਕੌਰ ਤੇ ਸਿੰਘ ਲਾਇਆ ਗਿਆ ਸੀ ਅਸੀਂ ਜਿਹੜਾ ਮਾਤਾ ਦਾ ਨਾਮ ਤੇ ਸਰਦਾਰ ਦਾ ਨਾਮ ਸਿੰਘ ਤਾਂ ਲਾਉਨੇ ਸਤਿਕਾਰ ਵਜੋਂ ਜੀ ਬਿਲਕੁਲ ਸਹੀ ਗੱਲ ਆ ਤੇ ਇੱਕ ਬਾਬਾ ਜੀ ਦੱਸੋ ਤੁਹਾਡੀ ਸੇਵਾ ਵੱਡੀ ਰਹੀ ਤੇ ਤੁਸੀਂ ਉਹਨਾਂ ਵੇਲੇ ਚੱਖੀ ਦੇਖਿਆ ਤੇ ਇਸ ਵਕਤ ਤੁਹਾਡੀ ਜੋਤ ਹੈ ਨਹੀਂ ਹਨਾ ਕਿਹੜੇ ਸਾਲ ਚ ਚੱਲੀ ਗਈ ਸੀ ਇਹ ਜੋਤ ਜੋਤ ਮੇਰੀ ਤਕਰੀਬਨ ਜੇ ਅਸੀਂ ਕਹਿ ਸਕਦੇ ਆ ਹੂੰ 1968 ਵਿੱਚ ਜੋਤ ਮੇਰੀ ਕਟਣੀ ਬੰਦ ਹੋ ਗਈ ਸੀ ਜੀ ਥੋੜੀ ਜੀ ਉਦੋਂ ਮੇਰੀ ਜੋਤ ਲੋੜ ਅਨਸਾਰ ਹੈਗੀ ਸੀ ਜਦੋਂ ਦਾਸ ਇੱਥੇ ਆਇਆ ਜੀ ਮੈਂ ਥੋੜਾ ਜਿਹਾ ਨਜ਼ਾਰਾ ਆਪਣੀ ਹੱਥੀਂ ਅੱਖੀਂ ਵੇਖਿਆ ਜੀ ਹਾਂਜੀ ਤੇ ਧੰਨਵਾਦ ਬਾਬਾ ਜੀ ਤੁਸੀਂ ਨਾ ਬਹੁਤ ਕੀਮਤੀ ਸਮਾਂ ਸਾਨੂੰ ਦਿੱਤਾ ਕੋਈ ਹੋਰ ਜਲਦੀ ਗੱਲ ਰਹਿ ਗਈ ਹੋਵੇ ਜੋ ਦੱਸਣ ਵਾਲੀ ਰਹਿ ਗਈ ਹੋਵੇ ਤੁਹਾਡੇ ਬਾਕੀ ਇਹ ਚੀਜ਼ ਜ਼ਰੂਰ ਹੈ ਜੀ ਇੱਥੇ ਚਾਰ ਖੂਹ ਹਾਂ ਜਾਂ ਪਾਡੇ ਹਾਂ ਮੰਤ ਸਾਹਬਾ ਨੇ ਲਵਾਏ ਜੀ ਜਿਹੜਾ ਇੱਕ ਤਾਂ ਗੁਰਦੁਆਰਾ ਸਾਹਿਬ ਵੱਡਾ ਗੁਰਦੁਆਰਾ ਸਾਹਿਬ ਪਾਸੀ ਪੰਜਵੀਂ ਵਿੱਚ ਉੱਥੇ ਹਲਤੀ ਲੱਗੀ ਸੀ ਜਿੱਥੇ ਸੰਗਤ ਇਸ਼ਨਾਨ ਕਰਦੀ ਸੀ ਜਿੱਥੇ ਹਲਟ ਦਾ ਹੁਣ ਨਿਸ਼ਾਨ ਬਾਕੀ ਹੈ ਜਿਹੜਾ ਨਿਸ਼ਾਨ ਬਾਕੀ ਹੈ ਪ੍ਰਕਰਮਾਂ ਦੇ ਵਿੱਚ ਆਉ ਇੱਕ ਪ੍ਰਕਰਮਾਂ ਦੇ ਇੱਕ ਬਾਹਰ ਆਉ ਜੀ ਜੀ ਜਿਹੜਾ ਉਹ ਪ੍ਰਕਰਮਾਂ ਦੇ ਵਿੱਚ ਹੈ ਨਾ ਉਹਦੇ ਤੇ ਹਲਤੀ ਹੁੰਦੀ ਸੀ ਜੀ ਤੇ ਸੰਗਤ ਉੱਥੇ ਆ ਕੇ ਇਸ਼ਨਾਨ ਕਰਦੀ ਸੀ ਹਮ ਜਿਹੜਾ ਨਾਲ ਖੂਹ ਹੈ ਹਮ ਉਹਦਾ ਪਾਣੀ ਫਸਲਾਂ ਨੂੰ ਵੀ ਜਾਂਦਾ ਸੀ ਜੀ ਤੇ ਸਰੋਵਰ ਦੇ ਵਿੱਚ ਵੀ ਪਾਣੀ ਪੈਂਦਾ ਸੀ ਜੀ ਕੋ ਇਸ ਕਰਕੇ ਖੂਹ ਲਾਇਆ ਗਿਆ ਸੀ ਜੀ ਤੇ ਜਿਹੜੇ ਤਕਰੀਬਨ ਬਾਕੀ ਖੂਹ ਆ ਫਸਲਾਂ ਨੂੰ ਪਾਣੀ ਵੀ ਦਿੰਦੇ ਸੀ ਤੇ ਕਿਸਾਨਾਂ ਨੇ ਇੱਥੇ ਬਾਗ ਲਾਇਆ ਸੀ ਹੂੰ ਜਿਹੜੇ ਬੂਟੇ ਅਫਗਾਨ ਸਤਾਨ ਤੋਂ ਸਪੈਸ਼ਲ ਲੈ ਕੇ ਆਉਂਦੇ ਸੀ ਉਦੋਂ ਜੀ ਤੇ ਉਹ ਬਾਗ ਜਿਹੜਾ ਹੂੰ ਤਕਰੀਬਨ ਸਰਕਿਆ ਤੇਰਾ ਦਾਸ ਵੀ ਉਸ ਬਾਗ ਦੇ ਵਿੱਚ ਜਾਂਦਾ ਆਉਂਦਾ ਰਿਹਾ ਹੂੰ ਤੇ ਉਹਦੇ ਵਿੱਚ 12 ਦਰੀ ਬਣੀ ਸੀ ਜੀ ਜਿਹੜੀ ਉਸ ਮੋਕੇ ਮਾਤਾਂ ਨੇ ਬਣਾਈ ਸੀ ਜੀ ਤੇ ਚਾਰ ਪੀੜੀਆਂ ਮਾਤਾਂ ਦੀਆਂ ਇੱਥੇ ਰਹੀਆਂ ਸੀ ਜੀ ਜਿਨ੍ਹਾਂ ਨੇ ਸੇਵਾ ਸੰਭਾਲ ਕੀਤੀ ਹੈ ਹੂੰ ਤੇ ਚੌਹ ਪੀੜੀਆਂ ਤੋਂ ਚੌਥੀ ਪੀੜੀ ਵਿੱਚ ਜਿਹੜਾ ਮਹੰਤੀ ਇਹ ਚੋਂ ਖਤਮ ਹੋ ਗਿਆ ਸੀ ਜੀ 1927 ਵਿੱਚ ਆ ਕੇ ਜੀ ਗੁਰਦੁਆਰਾ ਪ੍ਰਬੰਧਕ ਸ਼੍ਰੋਮਣੀ ਕਮੇਟੀ ਨੇ ਇੱਥੇ ਆ ਕੇ ਚਾਰਜ ਲਿਆ ਸੀ ਜੀ ਬਿਲਕੁਲ ਹੁਣ ਉਹਨਾਂ ਦੇ ਅਧੀਨ ਹੀ ਚੱਲ ਰਿਹਾ ਲੱਗਦਾ ਹੁਣ ਗੁਰਦੁਆਰਾ ਪ੍ਰਬੰਧਕ ਸ਼੍ਰੋਮਣੀ ਕਮੇਟੀ ਦੇ ਮਤਾ ਜਾਨੀ ਮਤਾ ਤੇ ਪ੍ਰਬੰਧ ਚੱਲ ਰਿਹਾ ਜੀ ਇੱਥੇ ਜਿੰਨੇ ਵੀ ਸੇਵਾਦਾਰ ਨੇ ਜੀ ਉਹ ਗੁਰਦੁਆਰਾ ਪ੍ਰਬੰਧਕ ਸ਼੍ਰੋਮਣੀ ਕਮੇਟੀ ਦੇ ਅੰਡਰ ਹੀ ਕੰਮ ਕਰਦੇ ਆ ਜੀ ਤੇ ਬਾਕੀ ਦਾਸ ਨੇ ਵੀ ਇੱਥੇ ਲੋਕਲ ਕਮੇਟੀ ਦੇ ਆ ਕੇ ਮੁਟਿਆਮ ਤੀ ਸੇਵਾ ਸੰਭੀ ਸੀ ਕੀਰਤਨ ਦੀ ਜੀ ਤੇ 2011 ਚ ਦਾਸ ਇਥੋਂ ਕੀਰਤਨ ਦੀ ਸੇਵਾ ਤੋਂ ਫ੍ਰੀ ਹੋਇਆ ਸੀ ਜੀ ਤੇ ਦਾਸ ਨੂੰ ਬਹਿਸ ਸੰਗਤ ਨੇ ਬਹੁਤ ਸਨਮਾਨ ਦਿੱਤਾ ਜੀ ਗੁਰੂ ਕੀ ਸੰਗਤ ਨੇ ਬਹੁਤ ਸਨਮਾਨ ਦਿੱਤਾ ਜੀ ਦਾਸ ਸਾਰਿਆਂ ਦਾ ਚੋਲਾ ਸਾਹਿਬ ਦਾ ਇਲਾਕਾ ਨਿਵਾਸੀਆਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਦਾਸ ਦੀ ਸੇਵਾ ਸੰਭਾਲ ਕੀਤੀ ਹੁਣ ਤੱਕ ਸੰਗਤ ਸੰਭਾਲ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੇਵ ਸਿੰਘ ਚੋਲਾ ਸਾਹਿਬ ਦਾ ਬਸਨੀਕ ਹਾਂ ਤੇ ਅਸੀਂ ਸਮੂਹ ਸੰਗਤ ਚੋਲਾ ਸਾਹਿਬ ਦੀ ਨੂੰ ਤੇ ਜਿਹੜੇ ਲਾਗੇ ਬੰਨੇ ਇਲਾਕੇ ਦੇ ਨਵਾਸੀ ਆ ਸਾਡੇ ਉਹਨਾਂ ਨੂੰ ਇਹੋ ਬੇਨਤੀ ਕਰਨੀ ਚਾਹੁੰਦੇ ਆ ਕਿ ਵੇਖੋ ਗੁਰੂ ਸਾਹਿਬ ਇੰਨਾ ਲੰਮਾ ਸਮਾਂ ਆਪਣੇ ਤੇ ਕਿਰਪਾ ਕੀਤੀ ਜਿਹੜੇ ਚੋਲਾ ਸਾਹਿਬ ਦੇ ਵਿੱਚ ਰਹੇ ਆ ਆਪਾਂ ਨੂੰ ਸਾਰਾ ਇਤਿਹਾਸ ਗਿਆਪਨ ਦੱਸਿਆ ਭਾਈ ਸਾਹਿਬਾ ਤੇ ਵੇਖੋ ਆਪਣਾ ਫਰਜ਼ ਬੰਦਾ ਵਾ ਵੀ ਜਿਹੜੀ ਇਹ ਮਾਰਤਾ ਜਿੰਨੀ ਕੁ ਬਚੀ ਆ ਇਹਦੀ ਪ੍ਰਾਤਨਤਾ ਜਿਹੜੀ ਇਸੇ ਤਰ੍ਹਾਂ ਬਹਾਲ ਨਵੇ ਤੇ ਜਿਹੜਾ ਆਪਣੇ ਜਿਹੜਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆ ਅੱਗੇ ਵੀ ਸੋਵੀ ਕਮੇਟੀ ਚਲਾ ਰਹੀ ਐ ਇਸੇ ਤਰ੍ਹਾਂ ਇਹ ਸਵਚੱਜਾ ਜਿਹੜਾ ਉਹ ਚੱਲਦਾ ਰਵੇ ਜਿਹੜੀਆਂ ਕੋਈ ਕੰਮ ਆ ਜਿਹੜੇ ਇਹਦੀ ਸੰਭਾਵੇਵਾ ਸੰਭਾਲਦੇ ਆ ਉਹ ਆਪਾਂ ਨਾਲ ਮਿਲ ਕੇ ਕਰ ਸਕੀਏ ਕਿ ਜਿਹੜੀ ਇਹ ਇਮਾਰਤ ਗਿਰਦੀ ਜਾ ਰਹੀ ਹੈ ਇਹਨੂੰ ਬਚਾਇਆ ਜਾ ਸਕੇ ਅਸੀਂ ਇਹਨਾਂ ਦਾ ਵੀਰਾਂ ਦਾ ਧੰਨਵਾਦ ਕਰਦੇ ਆ ਵੀਰ ਭੇਜੀ ਦਾ ਨਾਲ ਵੀਰ ਦਾ ਕੈਮਰਾਮੈਨ ਵੀਰ ਦਾ ਕਿ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹ ਸੇਵਾ ਦਾ ਕੰਮ ਆ ਵੇਖੋ ਜਿਹੜਾ ਪ੍ਰਾਤਨਤਾ ਗੁਰੂ ਅਜੰਦੇਵ ਜੀ ਦੇ ਆਉਣ ਦਾ ਇਤਿਹਾਸਾ ਚੋਲਾ ਸਾਹਿਬ ਦਾ ਇਹਨਾਂ ਬੇਨਤੀ ਮੰਨ ਕੇ ਇਹਦੀ ਰਿਕਾਰਡਿੰਗ ਕਰਨ ਆਏ ਆ ਇਹਨਾਂ ਦਾ ਅਸੀਂ ਬਹੁਤ ਬਹੁਤ ਚੋਲਾ ਸਾਹਿਬ ਦੀ ਸੰਗਤਨੋਂ ਧੰਨਵਾਦ ਕਰਦੇ ਆ ਮਿਹਰਬਾਨੀ ਧੰਨਵਾਦ ਵੀਰ ਜੀ ਸੋ ਦਰਸ਼ਕੋ ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ